ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਤੂੰ ਚਾ ਸਜਣ ਮੈਂ ਡਿਆ ਬੇ ਸਿਸ ਉਤਾਰ ਨੈਣ ਮਹੰਝੇ ਤਰਸਦੇ ਕਦ ਪਸੀਂਦੀ ਦਾ ਜੋ ਹਮਰੀ ਬਿੱਦ ਹੋਤੀ ਮੇਰੇ ਸਤਿਗੁਰਾਂ ਸਾ ਬਿੱਦ ਤੁਮ ਹਰ ਜਾਣਹੁ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਕ ਸਤ ਗੁਰ ਪੂਰਾ ठाकुर गाइए ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇ ਰਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨਕੀ ਧੂਰ ਦੇਹ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਜੋ ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆ ਆਪਣੇ ਘਰਾਂ ਦੇ ਜ਼ਰੂਰੀ ਕੰਮਕਾਜ ਛੱਡਦਿਆਂ ਹੋਇਆ ਸਤਿਗੁਰੂ ਜੀ ਵੱਲ ਮੁਖ ਕੀਤਾ ਹੈ ਔਰ ਜਿਵੇਂ ਕਿ ਆਪ ਜੀ ਸਭ ਭਲੀ ਭਾਂਤ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋ ਕਿ ਇਹ ਸਾਰਾ ਹਫਤਾ ਲਗਾਤਾਰ ਗੁਰੂ ਕੇ ਉਹਨਾਂ ਸੂਰਬੀਰਾਂ ਬਹਾਦਰਾਂ ਯੋਧਿਆਂ ਅਰ ਜੇ ਲੜੀ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਦਸਤੀ ਆਨੰਦਪੁਰ ਸਾਹਿਬ ਤੋਂ ਲੈ ਕੇ ਇਸ ਲੜੀ ਨੂੰ ਤੋਰਦਿਆਂ ਹੋਇਆਂ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਔਰ ਇਥੋਂ ਇਹ ਸ਼ਹੀਦੀਆਂ ਦੀ ਲੜੀ ਅੱਗੇ ਮੁਕਸਰ ਤੱਕ ਜਾ ਪਹੁੰਚਦੀ ਹੈ ਲਗਾਤਾਰ ਗੁਰੂ ਕੇ ਲਾਲਾਂ ਨੇ ਗੁਰੂ ਕੇ ਜੋਧਿਆਂ ਨੇ ਸੂਰਬੀਰਾਂ ਨੇ ਸਤਗੁਰੂ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਕਦਰਾਂ ਕੀਮਤਾਂ ਨੂੰ ਸੰਭਾਲਦੇ ਆਂ ਸਤਗੁਰੂ ਜੀ ਦੇ ਹੁਕਮ ਵਿੱਚ ਰਹਿੰਦੇ ਆਂ ਗਰੀਬ ਨਿਵਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਇਤਿਹਾਸ ਦੇ ਉਹ ਸੁਨਹਿਰੀ ਪੰਨੇ ਸਾਡੇ ਲਈ ਬਣਾਏ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਆਂ ਥੱਕਦੇ ਨਹੀਂ ਲਗਾਤਾਰ ਕਿੰਨੇ 100 ਸਾਲਾਂ ਤੋਂ ਭਾਵੇਂ ਕਿ ਸਾਡੀਆਂ ਬੜੀਆਂ ਕਮੀਆਂ ਕਮਜ਼ੋਰੀਆਂ ਅਸੀਂ ਬੜੇ ਆਲਸੀ ਆਂ ਅਸੀਂ ਬੜੀਆਂ ਗਲਤੀਆਂ ਬੜੀਆਂ ਕਮੀਆਂ ਕਮਜ਼ੋਰੀਆਂ ਸੰਭਾਲ ਕੇ ਬੈਠੇ ਆਂ ਪਰ ਫਿਰ ਵੀ ਅੱਜ ਤੱਕ ਗੁਰੂ ਕੇ ਸੂਰਮਿਆਂ ਦੀ ਗੁਰੂ ਕੇ ਸਾਜਦਿਆਂ ਦੀ ਉਹ ਯਾਦ ਸਾਡੇ ਮਨ ਚੋਂ ਮਿਟਦੀ ਨਹੀਂ ਉਹ ਜਿਉਂ ਦੀ ਤਿਉਂ ਜਦੋਂ ਆ ਦਿਨ ਆਉਂਦੇ ਐ ਆਪਣੇ ਆਪ ਹੀ ਗੁਰੂ ਕੀਆਂ ਸੰਗਤਾਂ ਦੇ ਮਨ ਵਿੱਚੋਂ ਉਹ ਪਿਆਰ ਉਹ ਜਜ਼ਬਾ ਉਸ਼ਾਲੇ ਮਾਰ ਉੱਠਦਾ ਹੈ ਸਾਡਾ ਇਹ ਫਰਜ਼ ਬਣਦਾ ਹੈ ਜਿੱਥੇ ਅਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਆਏ ਹਾਂ ਕਿ ਗੁਰੂ ਦੇ ਦਰ ਤੇ ਜਾਈਏ ਗੁਰੂ ਕੀ ਬਾਤ ਨੂੰ ਸੁਣੀਏ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਵੀਰਾਂ ਨੇ ਸਤਗੁਰੂ ਜੀ ਦੀ ਬਾਣੀ ਦਾ ਕੀਰਤਨ ਆਪਾਂ ਨੂੰ ਸ਼ਰਵਣ ਕਰਾਇਆ ਔਰ ਅਸੀਂ ਅੱਗੇ ਇਸ ਸਮੇਂ ਦੇ ਵਿੱਚ ਸਤਗੁਰੂ ਜੀ ਦੀ ਬਾਣੀ ਔਰ ਇਤਿਹਾਸ ਦੇ ਰਾਹੀਂ ਆਪਣੇ ਆਪ ਨੂੰ ਵੀ ਵੇਖਣ ਦਾ ਯਤਨ ਕਰਨਾ ਹੈ ਮੈਂ ਬੇਨਤੀ ਕਰ ਲੱਗਾ ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਸਿਰਫ ਇਹ ਕਹਾਣੀਆਂ ਨਾ ਕਰੀਏ ਮੈਂ ਗੱਲਾਂ ਕਰੀ ਜਾਵਾਂ ਤੁਸੀਂ ਸੁਣੀ ਜਾਓ ਅਸੀਂ ਇਹ ਗੱਲਾਂ ਬਾਤਾਂ ਕਰ ਕਰਾ ਕੇ ਸੁਣ ਸੁਣਾ ਕੇ ਇਹਨਾਂ ਕੀ ਕੰਮ ਕਰਕੇ ਅਸੀਂ ਵਿਹਲੇ ਨਾ ਹੋ ਜਾਈਏ ਕਿ ਬਸ ਜੀ ਅਸੀਂ ਗੁਰਪੁਰਬ ਮਨਾ ਲਿਆ ਵੈਸੇ ਜੇ ਤੁਸੀਂ ਸਿੱਖੀ ਰਵਾਇਤਾਂ ਨੂੰ ਦੇਖੋਗੇ ਤੇ ਇਹਨਾਂ ਜੇ ਕੱਲਾ ਸੁਣ ਕੇ ਮੈਂ ਸੁਣਾ ਕੇ ਅਸੀਂ ਉਹਦੇ ਚੋਂ ਕੁਝ ਸਾਂਭਦੇ ਨਹੀਂ ਉਹਦੇ ਮੁਤਾਬਕ ਕੁਝ ਆਪਣੀ ਜ਼ਿੰਦਗੀ ਜਿਉਣ ਦਾ ਪ੍ਰਣ ਨਹੀਂ ਕਰਦੇ ਅਸੀਂ ਕੁਝ ਛੱਡਦੇ ਨਹੀਂ ਕੁਝ ਗ੍ਰਹਿਣ ਨਹੀਂ ਕਰਦੇ ਤਾਂ ਯਕੀਨਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜੋ ਦਿੱਤੇ ਹੋਏ ਬੋਲ ਨੇ ਉਹਨਾਂ ਤੋਂ ਪਾਸੇ ਹਟਦਿਆਂ ਹੋਇਆਂ ਅਸੀਂ ਕੁਝ ਵੀ ਨਹੀਂ ਕੀਤਾ ਅਸੀਂ ਸਿਰਫ ਕੰਨ ਰਸ ਤੱਕ ਸੀਮਤ ਰਹਿ ਗਏ ਨਹੀਂ ਅਸੀਂ ਕਾਨਰਸ ਤੱਕ ਸੀਮਤ ਨਹੀਂ ਰਹਿਣਾ ਜਿੱਥੇ ਅਸੀਂ ਗੁਰੂਆਂ ਕੁਰਬਾਨੀਆਂ ਨੂੰ ਯਾਦ ਕਰਨਾ ਹੈ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਏ ਜਿਨ੍ਹਾਂ ਸਿਧਾਂਤ ਹੈ ਸਤਗੁਰੂ ਵੱਲੋਂ ਸਾਡੇ ਤੇ ਕੀਤੇ ਗਏ ਪਾਰ ਉਪਕਾਰ ਹੈ ਜਿੱਥੇ ਅਸੀਂ ਉਹ ਯਾਦ ਰੱਖਣੇ ਆ ਉਥੇ ਅਸੀਂ ਨਾਲ-ਨਾਲ ਆਪਣੇ ਆਪ ਨੂੰ ਵੇਖ ਕੇ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਨਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਕਿੱਥੇ ਖਲੋਤੇ ਹਾਂ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਸਤਗੁਰੂ ਜੀ ਦਾ ਆਪ ਮੁਖਵਾਕ ਤਾਂ ਆਪ ਜੀ ਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਕਿਉਂਕਿ ਤੁਸੀਂ ਸਾਰੇ ਲਗਭਗ ਬਾਣੀ ਪੜਨ ਵਾਲਿਓ ਇਸੇ ਪਿਆਰ ਵਿੱਚ ਲਗਾਤਾਰ ਜਦੋਂ ਵੀ ਮੌਕਾ ਬਣਦਾ ਹੈ ਗੁਰੂ ਦਰਬਾਰ ਵਿੱਚ ਜੁੜਨ ਵਾਲੇ ਉਹ ਤੇ ਇਹ ਮੁਖਵਾਕ ਤਾਂ ਜ਼ਰੂਰ ਚੇਤੇ ਹੋਏਗਾ ਸਤਿਗੁਰੂ ਜੀ ਦੇ ਇਹ ਬੋਲ ਤਾਂ ਹਿਰਦਿਆਂ ਵਿੱਚ ਜ਼ਰੂਰ ਬਸੇ ਹੋਣਗੇ ਮਹਾਰਾਜ ਨੇ ਆਖਿਆ ਸੇਵਕ ਸਿੱਖ ਪੂਜਣ ਸਬਾਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਗੱਲ ਪਿਆਰਿਓ ਮੰਨਣ ਤੇ ਆਉਣੀ ਹੈ ਗਾਈ ਅਸੀਂ ਸਾਰਿਆਂ ਨੇ ਜਾਣਾ ਗੱਲਾਂ ਅਸੀਂ ਸਾਰਿਆਂ ਨੇ ਕਰੀ ਜਾਣੀਆਂ ਅਸੀਂ ਵਾਹ ਵਾਹ ਸਾਰਿਆਂ ਨੇ ਕਰੀ ਜਾਣੀ ਹੈ ਪਰ ਇਹ ਵਾਹ ਵਾਹ ਫਰਜ਼ੀ ਨਾ ਹੋਵੇ ਇਹ ਵਾਹ ਵਾਹ ਵਿਖਾਵੇ ਦੀ ਨਾ ਹੋਵੇ ਇਹ ਬੱਲੇ ਬੱਲੇ ਕੇਵਲ ਤੇ ਕੇਵਲ ਇਸ ਚਾਰ ਦਿਵਾਰੀ ਦੇ ਅੰਦਰ ਤੱਕ ਹੀ ਨਾ ਰਹਿ ਜਾਏ ਇਹ ਸਾਡੇ ਹਿਰਦਿਆਂ 'ਚ ਵਸ ਜਾਏ ਸਾਡਾ ਮਨ ਮੰਨ ਜਾਏ ਸਾਡਾ ਕਾਰ ਵਿਹਾਰ ਸਾਡਾ ਰਹਿਣ ਸਹਿਣ ਦਾ ਢੰਗ ਤਰੀਕਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਮੁਤਾਬਕ ਹੋ ਜਾਏ ਸਾਡੇ ਇਹ ਸਾਰੇ ਕੀਤੇ ਯਤਨ ਸਫਲ ਹੋਣਗੇ ਸਤਿਗੁਰੂਦਰ ਤੇ ਪ੍ਰਵਾਨ ਕਰਨਗੇ ਇੱਕ ਸ਼ਬਦ ਧੰਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਤਨਆਸਰੀ ਵਿੱਚੋਂ ਮੈਂ ਆਪ ਜੀ ਨਾਲ ਸਾਂਝਾ ਕੀਤਾ ਹੈ ਆਓ ਇਸ ਸ਼ਬਦ ਦੇ ਆਸਰੇ ਔਰ ਇਤਿਹਾਸ ਦੇ ਆਸਰੇ ਆਪਾਂ ਅਗਲੇ ਰੀਆਂ ਹੋਰ ਵਿਚਾਰਾਂ ਨਾਲ ਜੁੜਨ ਤੋਂ ਪਹਿਲਾਂ ਗੁਰੂ ਦਰਬਾਰ ਦੀ ਮਰਯਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਾਰੀ ਸਾਰੇ ਰਲ ਮਿਲ ਕੇ ਫਤਿਹ ਦੀ ਸਾਂਝ ਕਰਨ ਦਾ ਯਤਨ ਕਰੀਏ ਸਾਰੇ ਪਿਆਰ ਸਹਿਤ ਗੱਜ-ਵੱਜ ਕੇ ਸਤਿਗੁਰੂ ਜੀ ਨੂੰ ਸੇਸ਼ ਚਕਾਉਂਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਜਿਹੜੀ ਅਸੀਂ ਵਿਚਾਰ ਨੂੰ ਥੋੜੇ ਜੇ ਅਖੀਰਲੇ ਸਮੇਂ ਵਿੱਚ ਸਾਂਝਿਆ ਕਰਨ ਦਾ ਯਤਨ ਕੀਤਾ ਸੀ ਮੈਂ ਉਸੇ ਤੋਂ ਦੁਬਾਰਾ ਅੱਗੇ ਤੁਰਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਸਤਗੁਰੂ ਜੀ ਦੀਆਂ ਕੁਰਬਾਨੀਆਂ ਸਤਗੁਰੂ ਜੀ ਦੇ ਸੂਰਮਿਆਂ ਦੇ ਜੋ ਸੋਹਣੇ ਸੁਨਹਿਰੀ ਇਤਿਹਾਸ ਦੇ ਪੰਨੇ ਆ ਉਹ ਤਾਂ ਅਸੀਂ ਸਾਰੇ ਜਾਣਦੇ ਆ ਯਾਦ ਵੀ ਕਰਦੇ ਆ ਸਾਡੀਆਂ ਸੰਗਤਾਂ ਸਾਡੇ ਲੋਕ ਉਹਨਾਂ ਕਾਰਨਾਂ ਦੇ ਪਿੱਛੇ ਕਈ ਵਾਰ ਜਾਂਦੇ ਹੀ ਨਹੀਂ ਅਸੀਂ ਜਾਂ ਤਾਂ ਬੰਦਿਆਂ ਨੂੰ ਸਾਹਮਣੇ ਨਿਸ਼ਾਨਾ ਬਣਾ ਲੈਨੇ ਕਿ ਇਸ ਬੰਦੇ ਨੇ ਇਹ ਕੀਤਾ ਜਾਂ ਸੀ ਸਮੇਂ ਵਿੱਚ ਉਲਝ ਕੇ ਰਹਿ ਜਾਣੇ ਕਿ ਇਸ ਸਮੇਂ ਚ ਇਹ ਹੋਇਆ ਤੇ ਨਿਬੜ ਗਿਆ ਜਦ ਕਿ ਜੇ ਇਤਿਹਾਸ ਨੂੰ ਦੇਖਣ ਦੀ ਕੋਸ਼ਿਸ਼ ਕਰੋਗੇ ਆਪਾਂ ਰਾਤ ਵੀ ਮੈਂ ਉਹਦੇ ਚੋਂ ਥੋੜੀਆਂ ਜਿਹੀਆਂ ਗੱਲਾਂ ਤੁਹਾਨੂੰ ਫੇਰ ਦੁਬਾਰਾ ਯਾਦ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਅਸੀਂ ਇੱਕ ਲੜੀ ਚ ਅੱਗੇ ਤੁਰ ਸਕੀਏ ਜਿ세 ਇਤਿਹਾਸ ਦੇ ਪੰਨਿਆਂ ਨੂੰ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗੇ ਕਟਨਾਵਾਂ ਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਯਕੀਨਨ ਇਹ ਗੱਲ ਸਾਫ਼ ਸਾਹਮਣੇ ਨਿਤਰ ਕੇ ਆ ਜਾਂਦੀ ਹੈ ਲੜਾਈ ਧੜਿਆਂ ਦੀ ਨਹੀਂ ਇਹ ਲੜਾਈ ਇਹ ਵਿਰੋਧ ਤਾਂ ਬੰਦਿਆਂ ਦੀ ਨਹੀਂ ਇਹ ਕੋਈ ਸਮੇਂ ਦਾ ਗੇੜ ਵੀ ਨਹੀਂ ਕਿ ਸਮਾਂ ਆਇਆ ਤੇ ਲੰਘ ਗਿਆ ਅਸਲੀਅਤ ਵਿੱਚ ਜੇ ਧਿਆਨ ਨਾਲ ਸੂਝਵਾਨ ਵੀਰੋ ਪੈਣੋ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ ਇਹ ਲੜਾਈ ਵਿਚਾਰ ਧਾਰਕ ਹੈ ਵਿਚਾਰ ਧਾਰਕ ਹੈ ਇਸ ਸਾਰੀ ਅੱਜ ਤੱਕ ਦੀ ਜਿੰਨੀ ਸਾਡੇ ਸਾਹਮਣੇ ਉਲਝਣ ਖੜੀ ਹੈ ਇਸ ਸਾਰੀ ਉਲਝਣ ਦਾ ਜੋ ਮੇਨ ਕਾਰਨ ਜਿੱਥੋਂ ਸ਼ੁਰੂ ਹੁੰਦਾ ਹੈ ਜਿੱਥੋਂ ਇਹ ਜੜ ਅੱਗੇ ਰੰਗ ਫੜਦੀ ਹੈ ਇਸ ਸਾਰੇ ਸਿਲਸਲੇ ਦੀ ਜੜ ਜਿੱਥੋਂ ਸ਼ੁਰੂ ਹੁੰਦੀ ਹੈ ਉਹ ਹੈ ਗੁਰੂ ਨਾਨਕ ਸਾਹਿਬ ਵੱਲੋਂ ਜਨੇਊ ਤੋਂ ਨਾ ਕਰਨੀ ਸਿਸਟਮ ਨੂੰ ਨਿਕਾਰਨਾ ਜੋ ਚੱਲਿਆ ਆ ਰਿਹਾ ਸਦੀਆਂ ਦਾ ਪ੍ਰਬੰਧ ਹੈ ਉਹਦੇ ਤੋਂ ਬਾਗੀ ਹੋਣਾ ਪਾਸੇ ਹੋਣਾ ਉਹਦੇ ਤੇ ਸਵਾਲ ਖੜੇ ਕਰਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਕਵਾਉਂਦੇ ਉਹਨਾਂ ਪੰਡਤਾਂ ਦੇ ਸਾਹਮਣੇ ਸਵਾਲ ਖੜੇ ਕਰਦੇ ਹੋਇਆਂ ਇੱਕ ਦਮ ਕਰਾਰਾ ਜਵਾਬ ਦੇ ਕੇ ਨਾ ਕਰ ਦਿੱਤੀ ਕਿ ਮੈਂ ਨਹੀਂ ਪਾਉਣਾ ਕਿਉਂ ਇਹ ਧਾਗਾ ਗਲ ਵਿੱਚ ਪਾਉਣ ਨਾਲ ਇੱਥੇ ਤੱਕ ਗੱਲ ਆਏਗੀ ਨਾ ਧਾਗਾ ਕੱਲਾ ਧਾਗੇ ਦਾ ਰੌਲਾ ਨਹੀਂ ਰੌਲਾ ਧਾਗੇ ਦਾ ਨਹੀਂ ਧਾਗਾ ਪਾਉਣ ਨਾਲ ਮਸਲਾ ਅੱਗੇ ਤੁਰਦਾ ਆ ਤੇ ਮਸਲਾ ਇਥੋਂ ਤੱਕ ਆ ਜਾਂਦਾ ਗੁਰ ਬ੍ਰਾਹਮਣ ਥਿਆ ਧਾਗਾ ਪਾਉਣ ਨਾਲ ਗੁਰੂ ਉਹ ਬਣਦਾ ਜਿਹੜਾ ਸਦੀਆਂ ਤੋਂ ਸਿਰ ਦੇ ਉੱਤੇ ਕਰਮ ਕਾਂਡਾਂ ਦੇ ਆਧਾਰ ਤੇ ਰਾਜ ਕਰਦਾ ਆ ਰਿਹਾ ਜਿਹੜਾ ਸਾਡੇ ਸਿਰ ਦਾ ਸਾਈਂ ਬਣਿਆ ਬੈਠਾ ਸਤਿਗੁਰੂ ਆਖਿਆ ਮੈਂ ਧਾਗਾ ਹੀ ਨਹੀਂ ਪਾਉਣਾ ਜਦੋਂ ਧਾਗਾ ਹੀ ਨਹੀਂ ਪਾਉਣਾ ਤੇ ਤੂੰ ਮੇਰੇ ਸਿਰ ਦਾ ਸਾਈਂ ਬਣੇਗਾ ਕਿਵੇਂ ਇਹ ਕਹਾਣੀ ਭਾਦਰੋਂ ਦੇ ਮਹੀਨੇ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ 10 ਕੋ ਸਾਲ ਦੀ ਉਮਰ ਤੋਂ ਆਰੰਭ ਹੁੰਦੀ ਹੈ ਇਸ ਜੁੰਡਲੀ ਨੇ ਇਥੋਂ ਇਹ ਵਿਉਂਤ ਬੰਦੀਆਂ ਲਗਾਤਾਰ ਕੜਨੀਆਂ ਸ਼ੁਰੂ ਕੀਤੀਆਂ ਔਰ ਇਥੋਂ ਇਹ ਸਿਰ ਜੋੜ ਕੇ ਬਹਿਣੇ ਸ਼ੁਰੂ ਹੋਏ ਕਿ ਜੇ ਇਹ ਅੱਜ ਇੱਕ ਤੇ ਕੱਲ ਨੂੰ ਪਤਾ ਨਹੀਂ ਕਿੰਨੇ ਖੜੇ ਹੋਣਗੇ ਤੇ ਸਾਡਾ ਇਹ ਕੀਤਾ ਹੋਇਆ ਸਾਰਾ ਪ੍ਰਬੰਧ ਟੈ ਟੇਰੀ ਹੋਏਗਾ ਇਹ ਖਾਰ ਇਥੋਂ ਸ਼ੁਰੂ ਹੁੰਦੀ ਹੈ ਅਸੀਂ ਉਹਨਾਂ ਗੱਲਾਂ ਨੂੰ ਭੁੱਲਦੇ ਜਾਂਨੇ ਆ ਅਸੀਂ ਸਤਿਗੁਰੂ ਦੇ ਦਿੱਤੇ ਉਪਦੇਸ਼ਾਂ ਨੂੰ ਵਿਸਾਰਦੇ ਤੁਰੇ ਜਾ ਰਹੇ ਆ ਅਸੀਂ ਕਹਾਣੀਆਂ 'ਚ ਉਲਝ ਕੇ ਜਾਂ ਸੀ ਇਮੋਸ਼ਨਲ ਹੋ ਕੇ ਅਸੀਂ ਆਪਣੇ ਗੁਰੂ ਘਰ ਦੀਆਂ ਰਵਾਇਤਾਂ ਨੂੰ ਗੁਰੂ ਘਰ ਦੇ ਸਿਧਾਂਤਾਂ ਨੂੰ ਲਗਾਤਾਰ ਵਿਚਾਰ ਦੇ ਤੁਰੇ ਜਾ ਰਹੇ ਹਾਂ ਮੈਂ ਰਾਤ ਬੇਨਤੀ ਕੀਤੀ ਸੀ ਮੈਂ ਫਿਰ ਚੇਤੇ ਕਰਵਾਉਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਲਗਭਗ 239 ਸਾਲ ਦਾ ਸਮਾਂ ਬਣਦਾ ਹੈ ਜੀ 239 ਸਾਲ ਦਾ ਇਹ ਸਮਾਂ ਤੁਸੀਂ ਕਿਤੇ ਉਹ ਇੱਕ ਵੀ ਕੋਈ ਇੱਕ ਵੀ ਘਟਨਾ ਥੋੜੀ ਜੀ ਰਤਾ ਮਾਤਰ ਕੋਈ ਇੱਕ ਵੀ ਥਾਂ ਇਤਿਹਾਸ ਵਿੱਚੋਂ ਐਸੀ ਵਿਖਾਓ ਜਿੱਥੇ ਗੁਰੂ ਘਰ ਨੇ ਕਿਸੇ ਨਾਲ ਧੱਕਾ ਕੀਤਾ ਹੋਵੇ ਪਰ ਉਹ ਸੈਂਕੜੇ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਗੁਰੂ ਘਰ ਨੇ ਦੂਜਿਆਂ ਤੇ ਪਰਉਪਕਾਰ ਕੀਤੇ ਆ ਵਿਗੜਿਆ ਹੋਇਆਂ ਨੂੰ ਮਹਾਰਾਜ ਨੇ ਸਿੱਧੇ ਰਾਹ ਤੇ ਲਿਆਉਣ ਲਈ ਸਾਹਮਣੇ ਅੱਖ ਵਿੱਚ ਅੱਖ ਪਾ ਕੇ ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣ ਲਈ ਮਹਾਰਾਜ ਨੇ ਪੂਰਾ ਜੋਰ ਲਾਇਆ। ਭਾਵੇਂ ਭੂਮੀਆਂ ਚੋਰ ਐ। ਭਾਵੇਂ ਸੱਜਣ ਠੱਗ ਐ। ਭਾਵੇਂ ਮਲਕ ਭਾਗੋ ਐ। ਭਾਵੇਂ ਖੂਨ ਖਾਰ ਕੌਡਾ ਰਕਸ਼ ਐ। ਭਾਵੇਂ ਬਾਬਰ ਨੂੰ ਜਾਬਰ ਕਹਿਣਾ ਪਿਆ। ਸਤਿਗੁਰੂ ਨੇ ਅੱਖ ਵਿੱਚ ਅੱਖ ਪਾ ਕੇ ਇਹਨਾਂ ਵਿਗੜੇ ਹੋਏ ਲੋਕਾਂ ਨੂੰ ਸਿੱਧੇ ਰਾਹ ਤੇ ਲਿਆਉਣ ਲਈ ਸਤਿਗੁਰੂ ਨੇ ਪਹਿਲ ਕਦਮੀ ਕੀਤੀ। ਮਹਾਰਾਜ ਦੇ ਪਰਉਪਕਾਰ ਜਿੰਨਾ ਅੱਜ ਕੱਲ ਕਿਉਂਕਿ ਇਲਾਜ ਬਹੁਤ ਹੈ ਸਾਧਨ ਬਹੁਤ ਹੈ ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ ਔਰ ਸਾਡੀਆਂ ਬੜੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਗਈਆਂ ਅਸੀਂ ਪੜ੍ਹ ਲਿਖ ਗਏ ਸਿਆਣੇ ਹੋ ਗਏ ਪਰ ਕਦੀ ਉਹ ਸਮਾਂ ਯਾਦ ਕਰੋ ਜਦੋਂ ਕਿਸੇ ਵਿਅਕਤੀ ਨੂੰ ਕੋੜ ਦੀ ਬਿਮਾਰੀ ਚੰਬੜਦੀ ਹੈ ਕਿਸੇ ਵਿਅਕਤੀ ਨੂੰ ਕੋੜ ਦੀ ਬਿਮਾਰੀ ਚੰਬੜਦੀ ਹੈ ਕੋੜ ਇੱਕ ਸ਼ੂਤ ਦਾ ਰੋਗ ਹੈ ਜਿਸ ਵਿਅਕਤੀ ਨੂੰ ਪਰਿਵਾਰ ਚੋਂ ਇੱਕ ਨੂੰ ਕਿਤੇ ਵੀ ਸਰੀਰ ਦੇ ਕਿਸੇ ਵੀ ਹਿੱਸੇ ਤੇ ਥੋੜਾ ਬਹੁਤਾ ਕੋੜ ਦਾ ਕਿਤੇ ਨਿਸ਼ਾਨ ਨਜ਼ਰ ਆ ਗਿਆ ਪਰਿਵਾਰ ਦੇ ਉਸ ਜੀ ਨੂੰ ਭਾਵੇਂ ਉਹ ਮਾਂ ਹੈ ਭਾਵੇਂ ਪਿਓ ਹੈ ਭਾਵੇਂ ਭਰਾ ਹੈ ਭਾਵੇਂ ਭੈਣ ਹੈ ਕੋਈ ਵੀ ਜੀ ਹੈ ਉਹਨੂੰ ਮਨੁੱਖਾਂ ਦੀ ਆਬਾਦੀ ਚੋਂ ਬਾਹਰ ਦੂਰ ਛੱਡ ਦਿੱਤਾ ਜਾਂਦਾ ਸੀ ਕਿ ਸਾਡੇ ਵਸ ਦਾ ਮਸਲਾ ਨਹੀਂ ਸਾਡੇ ਵਸ ਦਾ ਮਸਲਾ ਨਹੀਂ ਸਾਡੇ ਕੋਲੇ ਦਾ ਇਲਾਜ ਨਹੀਂ ਤੇ ਤੇਰੇ ਇੱਕ ਦੇ ਬਦਲੇ ਅਸੀਂ ਸਾਰਾ ਪਰਿਵਾਰ ਤੇ ਆਪਣਾ ਪਿੰਡ ਕਬੀਲਾ ਆਪਣਾ ਮਰਵਾਉਣਾ ਨਹੀਂ ਅਸੀਂ ਕੋਈ ਵਾਲੀ ਵਾਰਿਸ ਨਹੀਂ ਸੀ ਉਹਨਾਂ ਰੋਂਦਿਆਂ ਚੀਕਦਿਆਂ ਉਹਨਾਂ ਬਿਲਕਦੇ ਲੋਕਾਂ ਨੂੰ ਉਹਨਾਂ ਗਲਿਆਂ ਪਲਿਆਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਗੁਰੂ ਘਰ ਉਹਨਾਂ ਨੂੰ ਚੁੱਕ ਚੁੱਕ ਕੇ ਲਿਆਉਂਦਾ ਰਿਹਾ ਤੇ ਵੱਡੀ ਮਿਸਾਲ ਤੁਹਾਡੇ ਸਾਹਮਣੇ ਇਤਿਹਾਸ ਦੀ ਦੇਖਿਓ ਧੰਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਦੇ ਥਾਂ ਤੇ ਕੋੜਖਾਨਾ ਤਿਆਰ ਕਰਵਾਉਣਾ ਤਿਆਰ ਕਰਵਾਉਣਾ ਤੇ ਜੇ ਤਰਨ ਤਾਰਨ ਦੇ ਸਥਾਨ ਤੇ ਕੋੜਖਾਨਾ ਤਿਆਰ ਹੁੰਦਾ ਤੇ ਆਖਰ ਉਥੇ ਮਰੀਜ਼ ਮਹਾਰਾਜ ਨੇ ਲਿਆਂਦੇ ਹੋਣਗੇ ਨਾ ਉਹਨਾਂ ਮਰੀਜ਼ਾਂ ਦਾ ਇਲਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਦੇਖ ਰੇਖ ਵਿੱਚ ਹੋਇਆ ਹੋਏਗਾ ਨਾ ਪਾਈਸਾ ਪਾਈਕਾਨ ਸਿੰਘ ਜੀ ਨਾਬਾ ਦਾ ਮਹਾਨ ਕੁਛ ਪੜ ਕੇ ਦੇਖੋ ਵੈਸੇ ਅਸੀਂ ਤਾਂ ਕਹਾਣੀਆਂ 'ਚ ਵਿਸ਼ਵਾਸ ਰੱਖਦੇ ਆ ਅਸੀਂ ਤੇ ਇਹ ਕਿਹਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅਸੀਂ ਕਹਾਣੀ 'ਚ ਵਿਸ਼ਵਾਸ ਰੱਖਦੇ ਹਾਂ ਕਰਾਮਾਤਾਂ 'ਚ ਵਿਸ਼ਵਾਸ ਰੱਖਦੇ ਹਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਤਈਆ ਤਾਪ ਆ ਕੇ ਫੜ ਕੇ ਤੇ ਉਹਨਾਂ ਨੇ ਪਿੰਜਰੇ 'ਚ ਪਾ ਲਿਆ ਸੀ ਉੱਤਿਆ ਤਾਪ ਫੜਨ ਵਾਲੀ ਚੀਜ਼ ਹੈ ਉਹ ਕੋ ਬੰਦਾ ਸੀ ਉਹ ਕੋ ਰਾਖਸ਼ ਸੀਗਾ ਉਹ ਤਾਂ ਇੱਕ ਬਿਮਾਰੀ ਹੈ ਜਿਹਨੂੰ ਅੱਜ ਕੱਲ ਟਾਈਫਾਇਡ ਕਹਿੰਦੇ ਹੋ ਮਨਿਆਦੀ ਬੁਖਾਰ ਹੈ ਤੁਸੀਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਬਾ ਹੋਰਾਂ ਦਾ ਮਹਾਨ ਕੋਸ਼ ਪੜ੍ਹ ਕੇ ਦੇਖਿਓ ਉਹਦੇ ਚ ਭਾਈ ਲਾਲੂ ਕੱਢ ਕੇ ਦੇਖੋ ਭਾਈ ਲਾਲੂ ਦੇ ਉਸ ਸਰਲੇਖੇ ਹੇਠ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਗੋਇੰਦਵਾਲ ਵਿਖੇ ਭਾਈ ਲਾਲੂ ਵੈਦਗੀ ਕਰਦਾ ਤੇ ਤਈਏ ਤਾਪ ਦਾ ਮਾਹਰ ਹੈ ਜਿਹੜੇ ਲੋਕ ਮਰਨ ਕਿਨਾਰੇ ਆ ਉਹਨਾਂ ਦਾ ਇਲਾਜ ਗੋਇੰਦਵਾਲ ਆ ਕੇ ਹੁੰਦਾ ਤੇ ਗੁਰੂ ਅਮਰਦਾਸ ਉਹਦਾ ਸਾਰਾ ਪ੍ਰਬੰਧ ਕਰ ਰਿਹਾ ਹੈ ਖੈਰ ਮੈਂ ਬੇਨਤੀ ਕਰ ਰਿਹਾ ਗੁਰੂ ਘਰ ਤਾਂ ਪਾਰ ਉਪਕਾਰ ਕਰ ਰਿਹਾ ਹੈ ਜੇ ਲਾਹੌਰ ਦੀਆਂ ਗਲੀਆਂ 'ਚ ਲਾਸ਼ਾਂ ਤੇ ਲਾਸ਼ਾਂ ਚੜੀਆਂ ਤੇ ਲਾਸ਼ਾਂ ਚੁੱਕਣ ਕੌਣ ਗਿਆ ਪਹਿਲ ਦੇ ਆਧਾਰ 'ਤੇ ਕੋਈ ਸਰਕਾਰ ਨਹੀਂ ਗਈ ਉਸ ਵੇਲੇ ਦੀ ਹਕੂਮਤ ਨੇ ਪਹਿਲ ਕਦਮੀ ਨਹੀਂ ਕੀਤੀ ਬਥੇਰੇ ਟੱਲ ਖੜਕਦੇ ਸੀ بڑے ਦਾਅਵੇ ਬੰਨੇ ਜਾਂਦੇ ਸੀ ਪਰ ਕੋਈ ਨਹੀਂ ਅੱਗੇ ਵਧਿਆ ਆਪਣਾ ਛੋਟਾ ਜਿਹਾ ਸਹਿਬਜ਼ਾਦਾ ਲੈ ਕੇ ਮਾਤਾ ਗੰਗਾ ਜੀ ਦੇ ਸਮੇਤ ਧੰਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਸੇਵਕਾਂ ਦੇ ਨਾਲ ਲਾਹੌਰ ਦੀਆਂ ਗਲੀਆਂ 'ਚੋਂ ਲਾਸ਼ਾਂ ਚੁੱਕ ਰਹੇ ਸਨ ਜਦੋਂ ਬਿਮਾਰੀ ਪਈ ਐ ਜੇ ਕਾਲ ਪੈਂਦਾ ਤੇ ਗੁਰੂ ਘਰ ਨੇ ਆਪਣੇ ਖਜ਼ਾਨੇ ਦੇ ਮੂੰਹ ਲਾਹੌਰ ਵਾਲੇ ਪਾਸੇ ਨੂੰ ਖੋਲ ਦਿੱਤੇ ਮੈਂ ਬੇਨਤੀ ਕਰ ਰਿਹਾ ਗੁਰੂ ਘਰ ਨੇ ਕਿਤੇ ਵੀ ਤੱਕਾ ਨਹੀਂ ਕੀਤਾ ਗੁਰੂ ਘਰ ਨੇ ਬਿਨਾਂ ਕਿਸੇ ਵਿਤ ਕਰੇ ਤੋਂ ਹਰੇਕ ਨੂੰ ਗਲ ਨਾਲ ਲਾਇਆ ਪਰਉਪਕਾਰ ਕੀਤਾ ਔਰ ਇਤਿਹਾਸ ਨੂੰ ਪੜਿਓ ਤੁਸੀਂ ਧਿਆਨ ਨਾਲ ਗੁਰੂ ਅਰਜਨ ਸਾਹਿਬ ਜਦੋਂ ਲਾਹੌਰ ਦੀਆਂ ਗਲੀਆਂ ਚੋਂ ਲਾਸ਼ਾਂ ਚੁੱਕ ਰਏ ਜਦੋਂ ਕੋਈ ਵਾਰੀ ਵਾਰਸ ਨਹੀਂ ਬਣ ਰਿਹਾ ਆਪਣੀਆਂ ਹੀ ਲਾਸ਼ਾਂ ਦਾ ਪਰਿਵਾਰ ਦੇ ਜੀਆਂ ਦਾ ਉੱਥੇ ਹੀ ਕੋਈ ਵਾਰੀ ਵਾਰਸ ਨਹੀਂ ਬਣ ਰਿਹਾ ਕਿ ਜੇ ਲਾਸ਼ ਨੂੰ ਹੱਥ ਲਾਇਆ ਤਾਂ ਸਾਨੂੰ ਬਿਮਾਰੀ ਲੱਗ ਜਾਏਗੀ ਗੁਰੂ ਅਰਜਨ ਸਾਹਿਬ ਪਰਿਵਾਰ ਦੇ ਸਿੱਖਾਂ ਸੇਵਕਾਂ ਦੇ ਸਮੇਤ ਲਾਸ਼ਾਂ ਚੁੱਕ ਰਏ ਇੱਕ ਅੰਗਰੇਜ਼ ਜਿਹੜਾ ਈਸਾਈਅਤ ਧਰਮ ਦੀ ਇੱਥੇ ਚਿੰنگ ਲੈ ਕੇ ਆਇਆ ਕਿ ਪੰਜਾਬ ਦੇ ਵਿੱਚ ਈਸਾਈਅਤ ਦਾ ਬੋਲ ਬਾਲਾ ਕੀਤਾ ਜਾਏ ਇੱਥੇ ਜੜ ਲਾਈ ਜਾਏ। ਉਹ ਈਸਾਈ ਪ੍ਰਚਾਰਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਵਿੱਚ ਇਸ ਤਰ੍ਹਾਂ ਸੇਵਾ ਕਰਦੇਆਂ ਹੋਇਆਂ ਦੇਖਦਾ ਤੇ ਉਹ ਉੱਥੋਂ ਲਾਹੌਰ ਤੋਂ ਚਿੱਠੀ ਆਪਣੇ ਵਾਪਸ ਪਿੱਛੇ ਵਤਨ ਨੂੰ ਲਿਖਦਾ ਹੈ। ਉਹਦੇ ਬੋਲ ਨੇ ਇਤਿਹਾਸ 'ਚ ਦਰਜ ਨੇ, ਉਹਦੇ ਬੋਲ ਨੇ ਜਿੰਨੀ ਦੇਰ ਤੱਕ ਪੰਜਾਬ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਨੇ ਓਨੀ ਦੇਰ ਤੱਕ ਇੱਥੇ ਈਸਾਈਅਤ ਦੀ ਜੜ ਨਹੀਂ ਲੱਗ ਸਕਦੀ ਕੀ ਵਹਿੰਦਾ ਉਹ ਉਹ ਕਿਹੜੀ ਗੱਲ ਤੋਂ ਪ੍ਰਭਾਵਿਤ ਹੁੰਦਾ ਹੈ ਉਹ ਆਪਣੇ ਵਤਨ ਨੂੰ ਆਪਣੇ ਹੈੱਡ ਆਫਿਸ ਨੂੰ ਜਿਹੜੀ ਚਿੱਠੀ ਲਿਖਦਾ ਹੈ ਉਹਦੇ ਚਿੱਠੀ ਦੇ ਬੋਲ ਕਿ ਅੱਜ ਸਾਨੂੰ ਟੰਬਦੇ ਨਹੀਂ ਮੈਂ ਕਾਰਨ ਬਿਆਨ ਕਰ ਰਿਹਾ ਗੁਰੂ ਘਰ ਕਿਸੇ ਨਾਲ ਧੱਕਾ ਨਹੀਂ ਕਰਦਾ ਕਿਸੇ ਨਾਲ ਵਧੇਕੀ ਨਹੀਂ ਕਰਦਾ ਗੁਰੂ ਘਰ ਸਾਰਿਆਂ ਨੂੰ ਗੱਲ ਨਾਲ ਲਾ ਕੇ ਚੱਲ ਰਿਹਾ ਹੈ ਸਾਰਿਆਂ ਦੇ ਨਾਲ ਸੇਵਾ ਭਾਵਨਾ ਸਰਬੱਤ ਦੇ ਭਲੇ ਦੀ ਭਾਵਨਾ ਦੇ ਆਧਾਰ ਤੇ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ ਹੈ ਔਰ ਪੰਜਾਬ ਦੇ ਲੋਕ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਧੜਾ ਧੜ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਧੜਾ ਧੜ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਲਗਾਤਾਰ ਸਿੱਖੀ ਵੱਲ ਮੁੜ ਰਿਹਾ ਹੈ। ਇਹੀ ਕਾਰਨ ਸਾਹਮਣੇ ਵਾਲੀਆਂ ਧਿਰਾਂ ਨੂੰ ਵਾਰਾ ਨਹੀਂ ਖਾਂਦਾ। ਸਾਹਮਣੇ ਵਾਲੀਆਂ ਧਿਰਾਂ ਨੂੰ ਇਹੋ ਹੀ ਕਾਰਨ ਮੁਸ਼ਕਲ ਖੜੀ ਕਰਨ ਲਈ ਤਿਆਰ ਕਰਦਾ ਹੈ ਕਿ ਜੇ ਗੁਰੂ ਘਰ ਲੋਕਾਂ ਦੇ ਨਾਲ ਇਦਾਂ ਵਿਚਰਦਾ ਰਿਹਾ ਜੇ ਗੁਰੂ ਘਰ ਲੋਕਾਂ ਦੇ ਵਿੱਚ ਸੇਵਾ ਭਾਵਨਾ ਇਦਾਂ ਭਰਦਾ ਰਿਹਾ ਜੇ ਗੁਰੂ ਘਰ ਇਦਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪ ਹੱਲ ਕਰਦਾ ਰਿਹਾ ਤਾਂ ਇੱਥੇ ਕਿਸੇ ਦੀ ਵਟਤ ਨਹੀਂ ਹੋਏਗੀ ਇੱਥੇ ਕਿਸੇ ਦੀ ਪੁੱਛਦੱਸ ਨਹੀਂ ਹੋਏਗੀ ਸਦੀਆਂ ਦਾ ਸਿਸਟਮ ਖੜਾ ਸਾਰੇ ਦਾ ਸਾਰਾ ਟਹਿ ਟੇਰੀ ਹੋਏਗਾ ਪੰਜਾਬ ਦਾ ਵੱਡਾ ਹਿੱਸਾ ਜੋਗੀਆਂ ਦੇ ਪ੍ਰਭਾਵ ਹੇਠ ਪੰਜਾਬ ਦਾ ਬਹੁਤ ਸਾਰਾ ਹਿੱਸਾ ਹਿੰਦੂ ਵਿਚਾਰ ਧਾਰਾ ਦੇ ਪ੍ਰਭਾਵੇਟ ਹੈ। ਰਾਜ ਪ੍ਰਬੰਧ ਮੁਗਲਾਂ ਦੇ ਹੱਥ ਹੈ। ਇਸ ਕਰਕੇ ਉਹਨਾਂ ਦਾ ਵੀ ਰਲਮਾ ਮਿਲਵਾ ਪ੍ਰਭਾਵ ਪੰਜਾਬ ਦੀ ਜਨਤਾ ਤੇ ਹੈ। ਸਤਿਗੁਰੂ ਗਰੀਬ ਨਵਾਜ ਨੇ ਮੈਂ ਤੁਹਾਡੇ ਸਾਹਮਣੇ ਵਾਕ ਰੱਖਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਤਿੰਨ ਤਰ੍ਹਾਂ ਦਾ ਜਿਹੜਾ ਪ੍ਰਬੰਧ ਚੱਲ ਰਿਹਾ ਹੈ ਪਾਵੇਂ ਉਹ ਕਾਜੀ ਐ ਪਾਵੇਂ ਉਹ ਬ੍ਰਾਹਮਣ ਵਾਲਾ ਐ ਪਾਵੇਂ ਉਹ ਜੋਗੀ ਵਾਲਾ ਸਤਿਗੁਰੂ ਨੇ ਤਿੰਨੇ ਤਰ੍ਹਾਂ ਦਾ ਧਾਰਮਿਕ ਪ੍ਰਬੰਧ ਸਾਹਮਣੇ ਰੱਖ ਕੇ ਗਰੀਬ ਨਵਾਜ਼ ਨੇ ਬਾਣੀ 'ਚ ਵੀ ਬੋਲ ਰੱਖੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦੇ ਤਿੰਨੇ ਉਜਾੜੇ ਦਾ ਥਾਂ ਆ ਮੈਂ ਬੇਨਤੀ ਕਰ ਲੱਗਾ ਜਦੋਂ ਸਦੀਆਂ ਤੋਂ ਸਥਾਪਿਤ ਉਹ ਲੋਕ ਜਿਨ੍ਹਾਂ ਦੇ ਅੱਗੇ ਹੱਥ ਜੋੜ ਕੇ ਲੋਕ ਸਿਰ ਨਿਵਾ ਕੇ ਆਪਣਾ ਸਾਰਾ ਕੁਝ ਅਰਪਣ ਕਰ ਦਿੰਦੇ ਆ ਤੇ ਗੁਰੂ ਨਾਨਕ ਸਾਹਿਬ ਦੀ ਆਵਾਜ਼ ਇਹ ਕਹਿੰਦੀ ਹੈ ਤਿੰਨੇ ਉਜਾੜੇ ਦਾ ਬੰਦ ਇਹ ਤਿੰਨੇ ਹੀ ਉਜਾੜੇ ਦਾ ਥਾਂ ਤੁਹਾਡੀ ਬਰਬਾਦੀ ਦਾ ਕਾਰਨ ਇਹ ਤਿੰਨੇ ਐ ਕਿ ਇਹ ਚੁੱਪ ਬੈਠਣਗੇ ਕਿਉਂ ਗੁਰੂ ਪਿਆਰਿਓ ਚੁੱਪ ਬੈਠਣਗੇ ਜਿਨ੍ਹਾਂ ਦੇ ਅੱਗੇ ਲੋਕ ਝੁਕਦੇ ਆ ਰਹੇ ਜਿਨ੍ਹਾਂ ਦੇ ਅੱਗੇ ਸਭ ਕੁਝ ਆਪਣਾ ਧਨ ਦੌਲਤ ਸਭ ਕੁਝ ਅਰਪਣ ਕਰਦੇ ਆ ਰਹੇ ਔਰ ਸਦੀਆਂ ਤੋਂ ਚੱਲਦਾ ਆ ਰਿਹਾ ਸਿਸਟਮ ਹੈ ਗੁਰੂ ਨਾਨਕ ਸਾਹਿਬ ਦੀ ਇੱਕ ਆਵਾਜ਼ ਉਸ ਸਿਸਟਮ ਨੂੰ ਵੰਗਾਰਦੀ ਹੈ ਤੇ ਰੱਦ ਕਰਦੀ ਹੈ ਕਿਉਂ ਨਾਰਾਜ਼ ਨਹੀਂ ਹੋਣਗੇ ਦੂਜੀ ਬੇਨਤੀ ਗੁਰੂ ਨਾਨਕ ਸਾਹਿਬ ਨੇ ਵੰਗਾਰਿਆ ਹੀ ਨਹੀਂ ਸਿਰਫ ਰੱਦ ਨਹੀਂ ਕੀਤਾ ਸਤਿਗੁਰੂ ਗਰੀਬ ਨਿਵਾਜ਼ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਨੂੰ ਲੈ ਕੇ ਥਾਂ ਥਾਂ ਤੇ ਇਹਨਾਂ ਦੇ ਟਿਕਾਣਿਆਂ ਤੇ ਵੀ ਗਏ। ਭਾਵੇਂ ਉਹ ਜਗਨਨਾਥਪੁਰੀ ਹੈ, ਭਾਵੇਂ ਹਰਦੁਆਰ ਹੈ, ਭਾਵੇਂ ਉਹ ਮੱਕਾ ਹੈ, ਭਾਵੇਂ ਉਹ ਨਾਨਕਮਤਾ ਸੀ, ਭਾਵੇਂ ਉਹ ਸਮੇਰ ਪਰਬਤ ਸੀ, ਭਾਵੇਂ ਉਹ ਅਚਲ ਵਟਾਲਾ ਸੀ। ਸਤਿਗੁਰੂ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਨੂੰ ਲੈ ਕੇ ਥਾਂ ਪੁਰ ਥਾਂ ਗਏ। ਕੀ ਉਤਰ ਆਇਆ ਇਹਨਾਂ ਕੋਲੋਂ? ਕੀ ਮਹਾਰਾਜ ਨੇ ਅੰਮ੍ਰਿਤ ਬਾਣੀ ਦੀ ਵਿਚਾਰ ਚਰਚਾ ਇਹਨਾਂ ਨਾਲ ਨਹੀਂ ਕੀਤੀ? ਸਿੱਧ ਗੋਸ਼ਟ ਬਾਣੀ ਤੁਹਾਡੇ ਕੋਲ ਵੱਡਾ ਸਬੂਤ ਹੈ ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਇਸ ਗੱਲ ਦਾ ਵੱਡਾ ਸਬੂਤ ਹੈ ਜਨੇਊ ਨਾ ਪਾਉਣ ਵਾਲੀ ਘਟਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਬਾਣੀ ਦਰਜ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵੱਡਾ ਸਬੂਤ ਹੈ ਔਰ ਗੁਰੂ ਨਾਨਕ ਸਾਹਿਬ ਨੇ ਕਾਜ਼ੀਆਂ ਮੋਲਾਣਿਆਂ ਦੇ ਨਾਲ ਜੋ ਸਾਹਮਣੇ ਬਹਿ ਕੇ ਚਰਚਾ ਵਿਚਾਰ ਕੀਤੀ ਸਤਿਗੁਰੂ ਨੇ ਉੱਥੇ ਵੀ ਉਹਨਾਂ ਦੇ ਉੱਤੇ ਵੀ ਸਵਾਲ ਕੀਤੇ ਭਲਿਓ ਆ ਸਿਰਫ ਉੱਠਣ ਬੈਠਣ ਤੇ ਨਮਾਜ਼ਾਂ ਪੜ੍ਹ ਕੇ ਖਾਣਾ ਪੂਰਤੀ ਕਰ ਰਹੇ ਹੋ ਪੱਲੇ ਤੇ ਤੁਹਾਡੇ ਵੀ ਕੱਖ ਨਹੀਂ ਆ ਦੇਖੋ ਨਮਾਜ਼ਾਂ ਵਾਲਾ ਸਿਸਟਮ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਪਰ ਕਮਜ਼ੋਰੀ ਮਨੁੱਖੀ ਮਨ ਦੀ ਬੜੀ ਵੱਡੀ ਹੈ ਅੱਜ ਵੀ ਤੁਸੀਂ ਦੇਖੋਗੇ ਨਾ ਝੂਠੇ ਨੂੰ ਸੱਚਾ ਪਸੰਦ ਨਹੀਂ ਬੇਈਮਾਨ ਨੂੰ ਇਮਾਨਦਾਰ ਪਸੰਦ ਨਹੀਂ ਵਿਕਾਰੀ ਬੰਦੇ ਨੂੰ ਨੋਕ ਟੋਕ ਕਰਨ ਵਾਲਾ ਜਿਹੜੇ ਉਹਦੇ ਆਲੇ-ਦੁਆਲੇ ਇਹ ਗੱਲ ਕਵੇ ਕਿ ਨਾ ਨਾ ਇਹ ਗਲਤ ਹੈ ਨਾ ਇਦਾਂ ਨਹੀਂ ਕਰੀਦਾ ਜਿਹੜਾ ਨੀਅਤ ਮਾੜੀ ਵਾਲਾ ਅੱਖ ਮੈਲੀ ਵਾਲਾ ਉਹ ਆਪਣੇ ਆਲੇ-ਦੁਆਲੇ ਕਿਸੇ ਵੀ ਕਿਰਦਾਰ ਵਾਲੇ ਬੰਦੇ ਨੂੰ ਪਸੰਦ ਨਹੀਂ ਕਰੇਗਾ ਕਿਉਂ ਜੀ ਮੰਨ ਲਓ ਮੈਂ ਬੇਈਮਾਨੀ ਕਰਨੀ ਮੰਨ ਲਓ ਮੈਂ ਬੇਈਮਾਨੀ ਕਰਨੀ ਹੈ ਕੋਈ ਕੋਈ ਵੀ ਬੇਈਮਾਨੀ ਕਰਨੀ ਹੈ ਮੈਂ ਸੌਦਾ ਗਲਤ ਵੇਚਣਾ ਹੈ ਮੈਂ ਕੱਪੜਾ ਗਲਤ ਵੇਚ ਕੁਝ ਵੀ ਜੋ ਵੀ ਮੰਨ ਲਓ ਜਿਹੜਾ ਵੀ ਜਿੱਥੇ ਵੀ ਅਸੀਂ ਬੈਠੇ ਆ ਮੈਂ ਬੇਈਮਾਨੀ ਕਰਨੀ ਹੈ ਮੈਨੂੰ ਨੌਕਰ ਚਾਹੀਦੇ ਆਪਣੀ ਦੁਕਾਨ 'ਚ ਮੈਨੂੰ ਆਪਣੇ ਕਾਰੋਬਾਰ 'ਚ ਸਹਾਇਕ ਚਾਹੀਦੇ ਆ ਮੈਂ ਬੇਈਮਾਨੀ ਕਰਨੀ ਹੈ ਕਿ ਆਪਣੇ ਨਾਲ ਮੈਂ ਉਹ ਜੇ ਸਹਾਇਕ ਉਹ ਉਹ ਬੰਦੇ ਕੋਲ ਰੱਖਾਂਗਾ ਜਿਹੜੇ ਮੈਨੂੰ ਕਹਿਣ ਕਿ ਨਹੀਂ ਜੀ ਇਹ ਗੱਲ ਚੰਗੀ ਨਹੀਂ ਤੁਸੀਂ ਬੇਈਮਾਨੀ ਕਰਦੇ ਆ ਰਖਾਂਗਾ ਪਸੰਦ ਕਰਾਂਗਾ ਵੀ ਤੇਰੇ ਵਰਗਾ ਨਹੀਂ ਮੈਨੂੰ ਚਾਹੀਦਾ ਮੈਨੂੰ ਪਤਾ ਹੈ ਮੈਂ ਕਿਵੇਂ ਕੰਮ ਕਰਨਾ ਜੋ ਠੀਕ ਹੈ ਮੈਂ ਕਰ ਰਿਹਾ ਤੂੰ ਕੌਣ ਹੁੰਨਾ ਟੋਕਣ ਵਾਲਾ ਤੇਰਾ ਕੰਮ ਹੈ ਦਿਹਾੜੀ ਤੇਰਾ ਕੰਮ ਹੈ ਰੋਟੀ ਪਾਣੀ ਦਾ ਜੋ ਗੁਜ਼ਾਰਾ ਭੱਤਾ ਤੈਨੂੰ ਮਿਲਣਾ ਹੈ ਤੂੰ ਲੈ ਤੇ ਆਪਣਾ ਕੰਮ ਕਰ ਜੋ ਕਰਨਾ ਹੈ ਜੋ ਕਹਿਣਾ ਹੈ ਉਹ ਮੈਨੂੰ ਪਤਾ ਹੈ ਬੇਈਮਾਨ ਬੰਦਾ ਆਪਣੇ ਨਾਲ ਨੋਕਾ ਟੋਕੀ ਵਾਲੇ ਨੂੰ ਇਮਾਨਦਾਰ ਨੂੰ ਪਸੰਦ ਨਹੀਂ ਕਰੇਗਾ ਨਹੀਂ ਕਰੇਗਾ ਉਹ ਪਤਾ ਕੀ ਪਸੰਦ ਕਰੇਗਾ ਬੇਈਮਾਨ ਬੰਦਾ ਝੂਠਾ ਬੰਦਾ ਵਿਗੜਿਆ ਹੋਇਆ ਬੰਦਾ ਵਿਕਾਰੀ ਬੰਦਾ ਤੁਸੀਂ ਦੇਖੋ ਹਜੂਮਾਂ ਦੇ ਹਜੂਮੇ ਇਸ ਵੇਲੇ ਜੋ ਕੁਝ ਸਾਡੇ ਆਲੇ-ਦੁਆਲੇ ਵਾਪਰ ਰਿਹਾ ਪਸੰਦ ਪਤਾ ਕੀ ਕਰੇਗਾ ਜਿਹੜਾ ਗਲਤ ਬੰਦਾ ਹੈ ਉਹ ਪਸੰਦ ਉਹਨਾਂ ਨੂੰ ਕਰਦਾ ਹੈ ਜਿਹੜੇ ਕਹਿਣ ਹੱਲਾਸ਼ੇਰੀ ਦੇਣ ਤੇ ਕਹਿਣ ਬੱਲੇ ਬੱਲੇ ਜੀ ਚੱਕ ਦਿਓ ਫੱਟੇ ਤੁਹਾਡੇ ਵਰਗਾ ਕੋਈ ਨਹੀਂ ਤੁਸੀਂ ਬੜੇ ਸਿਆਣੇ ਹੋ ਤੁਸੀਂ ਬੜੇ ਮਹਾਨ ਹੋ ਤੁਸੀਂ ਤਾਂ ਜੀ ਫਲਾਣੇ ਥਾਂ ਤੇ 500 ਰੁਪਈਆ ਮੱਥਾ ਟੇਕਿਆ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੁਸੀਂ ਜੀ ਗਰੀਬਾਂ ਦੀ ਬਾਹ ਫੜਦੇ ਹੋ ਤੁਸੀਂ ਤਾਂ ਮਸੀਹਾ ਹੋ ਸ਼ਰਿਆਮ ਪਤਾ ਹੈ ਕਿ ਬੇਈਮਾਨ ਬੰਦਾ ਹੈ ਸ਼ਰਿਆਮ ਪਤਾ ਹੈ ਕਿ ਝੂਠਾ ਹੈ ਸ਼ਰਿਆਮ ਪਤਾ ਹੈ ਕਿ ਇਹ ਸਾਰੀਆਂ ਆ ਆ ਗਲਤੀਆਂ ਕਰ ਰਿਹਾ ਹੈ ਪਰਚਾ ਪਲੂਸ ਪਰ ਜਿਹੜੇ ਉਹ ਟੁਕੜਿਆਂ ਤੇ ਪਲਣ ਵਾਲੀ ਆਦਤ ਵਾਲੇ ਲੋਕ ਹੈ ਉਹਦੇ ਆਲੇ-ਦੁਆਲੇ ਝੁਰਮਟ ਪਾਉਣਗੇ ਤੇ ਉਹਨੂੰ ਹੱਲਾਸ਼ੇਰੀ ਦੇਣਗੇ ਉਹਨੂੰ ਕਾਮਯਾਬ ਕਰਨਗੇ ਉਹਦੀ ਵਾਹ ਵਾਹ ਹਰ ਵੇਲੇ ਦਿਨ ਰਾਤ ਉਹ ਕਰਦੇ ਰਹਿਣਗੇ ਝੂਠਾ ਬੰਦਾ ਬੇਈਮਾਨ ਬੰਦਾ ਆਪਣੇ ਆਲੇ-ਦੁਆਲੇ ਝੂਠਿਆਂ ਤੇ ਬੇਈਮਾਨਾਂ ਦੀ ਫੌਜ ਖੜੀ ਕਰੇਗਾ ਝੂਠਿਆਂ ਤੇ ਬੇਈਮਾਨਾਂ ਦੀ ਫੌਜ ਖੜੀ ਕਰੇਗਾ ਉਹਨੂੰ ਆਪਣੀ ਖੁਸ਼ਾਮਦ ਪਸੰਦ ਹੈ ਉਹਨੂੰ ਆਪਣੇ ਝੂਠਾਂ ਤੇ ਪਰਦਾ ਪਾਉਣ ਵਾਲੀ ਫੌਜ ਚਾਹੀਦੀ ਹੈ ਅੱਜ ਕੀ ਹੋ ਰਿਹਾ ਇਹ ਹੀ ਕੁਝ ਹੋ ਰਿਹਾ ਹੈ ਨਾ ਅੱਜ ਜਿੰਨਾ ਭਾਵੇਂ ਤੁਸੀਂ ਧਾਰਮਿਕ ਪ੍ਰਬੰਧ ਲਾਓ ਭਾਵੇਂ ਰਾਜਨੀਤਿਕ ਪ੍ਰਬੰਧ ਲਾਓ ਭਾਵੇਂ ਸਮਾਜਿਕ ਪ੍ਰਬੰਧ ਲਾਓ ਜਿੱਥੇ ਵੀ ਕੋਈ ਗਲਤੀ ਹੋਏਗੀ ਤੁਸੀਂ ਜੇ ਉੱਥੇ ਮਾੜਾ ਜਿਹਾ ਵੀ ਇੰਜ ਕਰਕੇ ਕਿਹਾ ਕਿ ਆਹ ਗਲਤ ਹੈ ਜੀ ਇਦਾਂ ਨਹੀਂ ਹੋਣਾ ਚਾਹੀਦਾ ਦੇਖੋ ਇਹ ਸਾਡੇ ਨਾਲ ਗੱਲ ਮੇਲ ਨਹੀਂ ਖਾਂਦੀ ਤਾਂ ਉਹ ਤੁਰੰਤ ਪਾਸਾ ਵਟ ਲੈਣਗੇ ਵੀ ਰਹਿਣ ਦਿਓ ਇਹਨੂੰ ਸੱਦਣਾ ਵੀ ਨਹੀਂ ਅੱਗੋਂ ਇਹਦੀ ਸਾਸਰੀ ਕਾਲ ਵੀ ਬੰਦ ਕਰੋ ਉਸੇ ਵੇਲੇ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਨੁਕਰੇ ਲਾਉਣ ਤੇ ਲੱਗ ਜਾਏਗਾ ਤੁਸੀਂ ਸਰਕਾਰੀ ਸਿਸਟਮ ਚ ਦੇਖੋ ਪ੍ਰਾਈਵੇਟ ਸਿਸਟਮ ਚ ਦੇਖੋ ਜਿੱਥੇ ਕਿਤੇ ਮਰਜ਼ੀ ਦੇਖੋ ਜਿਹੜਾ ਇਮਾਨਦਾਰ ਹੈ ਉਹਨੂੰ ਨੁਕਰੇ ਲਾਉਣ ਤੇ ਜ਼ੋਰ ਲੱਗ ਜਾਏਗਾ ਲੱਗਾ ਹੋਇਆ ਅੱਜ ਵੀ ਲੱਗ ਰਿਹਾ ਹੈ ਗੁਰੂ ਘਰ ਇਮਾਨਦਾਰੀ ਤੇ ਖੜਾ ਹੈ ਗੁਰੂ ਘਰ ਇਮਾਨਦਾਰੀ ਤੇ ਖੜਾ ਹੈ ਗੁਰੂ ਘਰ ਸੇਵਾ ਤੇ ਖੜਾ ਹੈ ਖੜਾ ਹੈ ਪਰਉਪਕਾਰ ਤੇ ਖੜਾ ਹੈ ਗੁਰੂ ਘਰ ਸੱਚ ਤੇ ਖੜਾ ਹੈ ਨਿਮਰਤਾ ਤੇ ਖੜਾ ਹੈ ਸੰਤੋਖ ਤੇ ਖੜਾ ਹੈ ਤੇ ਦੱਸੋ ਜਿਨ੍ਹਾਂ ਨੇ ਬੇਈਮਾਨੀ ਪੱਲੇ ਬੰਨੀਆਂ ਜਿਨ੍ਹਾਂ ਨੇ ਤ੍ਰਿਸ਼ਨਾ ਪੱਲੇ ਬੰਨੀਆਂ ਜਿਨ੍ਹਾਂ ਨੇ ਢੇਢੀ ਅੱਗੇ ਰੱਖਿਆ ਹੋਇਆ ਕੀ ਉਹ ਗੁਰੂ ਘਰ ਦੇ ਨਾਲ ਕਦੀ ਵਫਾ ਕਰਨਗੇ ਕਦੇ ਵੀ ਨਹੀਂ ਆ ਸਾਰਾ ਸ਼ਹੀਦੀਆਂ ਦਾ ਮੁੱਢ ਹੈ ਆ ਸਾਰਾ ਸ਼ਹੀਦੀਆਂ ਤੱਕ ਪਹੁੰਚਾਉਣ ਦਾ ਇਨਾ ਬੇਈਮਾਨ ਲੋਕਾਂ ਵੱਲੋਂ ਕੀਤਾ ਹੋਇਆ ਪ੍ਰਬੰਧ ਹੈ ਆ ਸਾਰੀਆਂ ਗੱਲਾਂ ਆ ਸਾਰੇ ਸਿਧਾਂਤ ਗੁਰੂ ਘਰ ਦੇ ਜਿਹੜੇ ਗੁਰੂ ਘਰ ਲਈ ਵਾਰ-ਵਾਰ ਵਾਰ-ਵਾਰ ਮੁਸ਼ਕਲਾਂ ਖੜੀਆਂ ਕਰਦੇ ਰਹੇ ਉਹ ਆ ਕਾਰਨ ਹੈ ਸਾਰੇ ਤੁਹਾਡੇ ਸਾਹਮਣੇ ਬੇਈਮਾਨਾਂ ਦੀ ਫੌਜ ਖੜੀ ਹੈ ਇੱਕ ਪਾਸੇ ਸੱਚ ਦੀ ਮੂਰਤ ਗੁਰੂ ਸਾਹਿਬ ਇਮਾਨਦਾਰਾਂ ਦੀ ਨਿਮਰਤਾ ਵਾਲਿਆਂ ਦੀ ਚੜਦੀ ਕਲਾ ਵਾਲਿਆਂ ਦੀ ਵੰਡ ਛਕਣ ਵਾਲਿਆਂ ਦੀ ਫੌਜ ਲੈ ਕੇ ਖੜੇ ਐ ਇੱਕ ਪਾਸੇ ਖੋਣ ਵਾਲਿਆਂ ਦੀ ਫੌਜ ਲੈ ਕੇ ਖੜੇ ਐ ਦੱਸੋ ਮੇਲ ਕਿਵੇਂ ਹੋਏਗਾ ਇਹ ਟੱਕਰਾ ਚੱਲਦਾ ਹੀ ਰਹੇਗਾ ਇਹ ਰੁਕੇਗਾ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਮੈਂ ਫਿਰ ਦੁਬਾਰਾ ਦੁਹਰਾ ਦਿੰਨਾ ਇਹ ਲੜਾਈ ਸਮੇਂ 'ਚ ਜਾਂ ਬੰਦਿਆਂ ਦੇ ਵਿੱਚ ਉਲਝਾ ਕੇ ਨਾ ਦੇਖੀਏ ਅਸੀਂ ਦੇਖੀਏ ਕਿ ਇਸ ਲੜਾਈ ਦਾ ਮੋੜ ਕੀ ਐ ਲੜਾਈ ਦਾ ਮੋੜ ਹੈ ਵਿਚਾਰ ਧਾਰਕ ਇੱਕ ਵਿਚਾਰ ਧਾਰਾ ਬੇਈਮਾਨੀ ਚੋਰੀ ਠੱਗੀ ਪੱਲੇ ਬੰਦੀ ਹੈ ਦੂਜੀ ਵਿਚਾਰ ਧਾਰਾ ਬੇਈਮਾਨੀ ਚੋਰੀ ਠੱਗੀ ਝੂਠ ਨੂੰ ਕੱਟਦੀ ਹੈ ਤੇ ਇਮਾਨਦਾਰੀ ਸੱਚਾਈ ਨਿਮਰਤਾ ਤੁਹਾਡੇ ਪੱਲੇ ਬੰਦੀ ਹੈ ਝਗੜਾ ਤਾਂ ਹੋਏਗਾ ਰੌਲਾ ਤਾਂ ਉੱਠੇਗਾ ਪਰਿਵਾਰਾਂ 'ਚ ਦੇਖ ਲਓ ਪਰਿਵਾਰਾਂ 'ਚ ਦੇਖ ਲਓ ਜੇ ਬੱਚਾ ਸਕੂਲ 'ਚ ਪੜਦਾ ਕਾਲਜ 'ਚ ਪੜਦਾ ਉਹ ਆਪਣੀਆਂ ਲੋੜਾਂ ਤੋਂ ਵੱਧ ਕੇ ਝੂਠ ਜਾਂ ਕੋਈ ਵੀ ਇਦਾਂ ਦਾ ਪ੍ਰਾਪੇ ਕੰਡਾ ਕਰਕੇ ਮਾਪਿਆਂ ਕੋਲੋਂ ਕਿਸੇ ਨਾ ਕਿਸੇ ਬਹਾਨੇ ਵੱਧ ਖਰਚਾ ਵਸੂਲੀ ਜਾਂਦਾ ਤੇ ਖਰਚ ਕਿਤੇ ਹੋਰ ਆਸੇ ਪਾਸੇ ਗਲਤ ਥਾਵਾਂ ਤੇ ਕਰਦਾ ਹੈ ਮਾਪੇ ਦਿਨ ਰਾਤ ਇੱਕ ਕਰਕੇ ਕਮਾਈ ਕਰਦੇ ਆ ਧੁੱਪ ਛਾਂ ਚਲਦੇ ਆ ਭੁੱਖ ਤਰੇਹ ਚਲਦੇ ਆ ਤੇ ਜੇ ਔਲਾਦ ਬਿਨਾ ਸੋਚੇ ਸਮਝੇ ਬਿਨਾ ਕਿਸੇ ਕਾਰਨ ਵਾਧੂ ਦੀ ਫਜ਼ੂਲ ਖਰਚੀ ਕਰੇਗੀ ਤੇ ਆਖਰ ਘਰ ਚ ਕਲੇਸ਼ ਤਾਂ ਖੜਾ ਹੋਏਗਾ ਨਾ ਜਾਂ ਫਿਰ ਜੇ ਪਤਾ ਲੱਗ ਗਿਆ ਵੀ ਇਹ ਫਜ਼ੂਲ ਖਰਚੀ ਕਰਦਾ ਹੈ ਇਹ ਗਲਤ ਥਾਂ ਤੇ ਜਾ ਰਿਹਾ ਹੈ ਜਾਂ ਫਿਰ ਹੱਲਾਸ਼ੇਰੀ ਦੇ ਕੇ ਉਹਨੂੰ ਵਧਾਓ ਵੀ ਠੀਕ ਹੈ ਤੁਰਿਆ ਚੱਲ ਜਿੱਧਰ ਜਾਣਾ ਤੇ ਜੇ ਰੋਕੋਗੇ ਤਾਂ ਆਖਰ ਘਰ ਦੇ ਵਿੱਚ ਮਨ ਮਟਾ ਹੋਏਗਾ ਹੀ ਹੋਏਗਾ ਇਹ ਹੀ ਸਾਰੇ ਆਲੇ-ਦੁਆਲੇ ਪ੍ਰਬੰਧ ਦੇ ਵਿੱਚ ਫੈਲਿਆ ਸੀ ਗੁਰੂ ਸਾਹਿਬ ਨੇ ਉਸ ਨੂੰ ਰੋਕਿਆ ਗੁਰੂ ਸਾਹਿਬ ਨੇ ਰੋਕਿਆ ਤਾਂ ਔਖੇ ਭਾਰੇ ਹੋ ਕੇ ਗੁਰੂ ਸਾਹਿਬ ਦੇ ਨਾਲ ਮੁਕਾਬਲਾ ਕਰਨ ਲਈ ਵਾਰ-ਵਾਰ ਟੱਕਰਾ ਕਰਨ ਲਈ ਇਹ ਜੂਝਦੇ ਰਹੇ ਪਹਾੜੀ ਰਾਜੇ ਜਿਹੜੇ ਮੈਂ ਰਾਤ ਵੀ ਬੇਨਤੀ ਕੀਤੀ ਸੀ ਇਹ ਪਹਾੜੀ ਰਾਜੇ ਉਹਨਾਂ ਦੀ ਔਲਾਦ ਹੈ ਉਹਨਾਂ ਹੀ ਪਰਿਵਾਰਾਂ ਵਿੱਚੋਂ ਐ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਬਾਰ-ਬਾਰ ਉਲਝਦੇ ਭੀਮਚੰਦ ਵਰਗੇ ਜਾਂ ਭੀਮਚੰਦ ਦੀ ਔਲਾਦ ਅਜਮੇਰ ਚੰਦ ਜਾਂ ਇਹੋ ਜਿਹਾ ਹੋਰ ਬਾਕੀ ਜਿੰਨੇ ਰਾਜੇ ਸੀ ਇਹ ਜਿੰਨੇ ਰਾਜੇ ਜੇ ਵਾਰ-ਵਾਰ ਗੁਰੂ ਸਾਹਿਬ ਨਾਲ ਉਲਝਦੇ ਉਹਨਾਂ ਦੇ ਹੀ ਅੱਗੋਂ ਪਰਿਵਾਰ ਉਹਨਾਂ ਦੇ ਹੀ ਅੱਗੋਂ ਖਾਨਦਾਨ ਉਹਨਾਂ ਦੀ ਔਲਾਦ ਹੈ ਜਿਨ੍ਹਾਂ ਲੋਕਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ ਰਾਜਨੀਤਿਕ ਕੈਦ ਵਿੱਚੋਂ ਰਿਹਾ ਕਰਵਾ ਕੇ ਲਿਆਏ ਆਪਣੀ ਜਾਮਨੀ ਤੇ ਇਹ ਉਹਨਾਂ ਵਿੱਚੋਂ ਹੀ ਨੇ ਜਦੋਂ ਮੈਂ ਰਾਤ ਵੀ ਬੇਨਤੀ ਕੀਤੀ ਸੀ ਜਦੋਂ ਇਹਨਾਂ ਨੂੰ ਸਾਹ ਸੌਖਾ ਆਉਂਦਾ ਹੈ ਨਾ ਔਰੰਗਜੀਬ ਕਿਸੇ ਹੋਰ ਪਾਸੇ ਉਲਝਿਆ ਹੋਇਆ ਤੇ ਇਹਨਾਂ ਦਾ ਸਾਹ ਸੌਖਾ ਹੈ ਵੀ ਇਹਨੂੰ ਪਤਾ ਇਹਨਾਂ ਨੂੰ ਪਤਾ ਹੈ ਵੀ ਹੁਣ ਉਹ ਇੱਧਰ ਛੇਤੀ ਨਹੀਂ ਆਉਂਦਾ ਉਦੋਂ ਇਕੱਠੇ ਹੋ ਕੇ ਗੁਰੂ ਘਰ ਦੇ ਵਿਰੋਧ ਵਿੱਚ ਵਿਉਂਤਾਂ ਬਣਾਉਂਦੇ ਆ ਜਦੋਂ ਔਰੰਗਜ਼ੇਬ ਉਧਰੋਂ ਵਹਿਲਾ ਹੋ ਕੇ ਇਧਰ ਨੂੰ ਮੂੰਹ ਕਰਦਾ ਪਹਾੜੀ ਰਾਜਿਆਂ ਵੱਲ ਨੂੰ ਮੂੰਹ ਕਰਦਾ ਇਧਰੋਂ ਟੈਕਸ ਲੈਣਾ ਚਾਹੁੰਦਾ ਤੇ ਇਹ ਭੱਜ ਕੇ ਗੁਰੂ ਸਾਹਿਬ ਦੀ ਸ਼ਰਨ ਚ ਅਨੰਦਪੁਰ ਆ ਜਾਂਦੇ ਆ ਗੁਰੂ ਸਾਹਿਬ ਨੇ ਇਹਨਾਂ ਨੂੰ ਆਸਰਾ ਦਿੱਤਾ ਗਲ ਨਾਲ ਲਾਇਆ ਜਿੰਨੀ ਵਾਰੀ ਆਏ ਗੁਰੂ ਸਾਹਿਬ ਨੇ ਬਾਹ ਫੜੀ ਔਰ ਤੁਸੀਂ ਇਤਿਹਾਸ ਵਿੱਚ ਦੇਖਣਾ ਗੁਰੂ ਸਾਹਿਬ ਨੇ ਆਪਣੇ ਸੈਨਿਕ ਆਪਣੇ ਸੂਰਬੀਰ ਸਿਪਾਈ ਕਿੰਨੀ ਵਾਰ ਇਹਨਾਂ ਦੀ ਮਦਦ ਤੇ ਭੇਜੇ ਆ ਕਿੰਨੀ ਵਾਰ ਮਦਦ ਤੇ ਭੇਜੇ ਆ ਇੱਕ ਮੈਂ ਹੋਰ ਕਥਨ ਤੁਹਾਡੇ ਸਾਹਮਣੇ ਇੱਥੇ ਨਾਲ ਲਗਵਾ ਰੱਖ ਜਾਣਾ ਔਰੰਗਜ਼ੇਬ ਮਰ ਗਿਆ ਤੇ ਉਹਦੇ ਪੁੱਤਰਾਂ ਵਿੱਚ ਗੱਦੀ ਦੀ ਲੜਾਈ ਸ਼ੁਰੂ ਹੋਈ ਔਰੰਗਜ਼ੇਬ ਦੇ ਪੁੱਤਰਾਂ ਵਿੱਚ ਗੱਦੀ ਦੀ ਲੜਾਈ ਸ਼ੁਰੂ ਹੋਈ ਹਿੰਦੁਸਤਾਨ ਦੀ ਬਾਦਸ਼ਾਹਤ ਲਈ ਉਹਦੇ ਪੁੱਤਰ ਲੜੇ ਸਤਗੁਰੂ ਨੇ ਆਪਣੀ ਫੌਜ ਦਾ ਇੱਕ ਟੁਕੜਾ ਸੂਰਬੀਰ ਬਹਾਦਰਾਂ ਦਾ ਇੱਕ ਜਥਾ ਬਹਾਦਰ ਸ਼ਾਹ ਦੀ ਮਦਦ ਤੇ ਭੇਜਿਆ ਔਰ ਬਹਾਦਰ ਸ਼ਾਹ ਨੂੰ ਤਖਤ ਦਵਾਇਆ ਸਤਿਗੁਰੂ ਦੀ ਇਹ ਚੋਣ ਸੀ ਦੂਜਿਆਂ ਨਾਲੋਂ ਜਿਹੜੇ ਉਹਦੇ ਦੂਜੇ ਪੁੱਤਰ ਗੱਦੀ ਤੇ ਬੈਠਣਾ ਚਾਹੁੰਦੇ ਐ ਬਹਾਦਰ ਸ਼ਾਹ ਉਹਨਾਂ ਨਾਲੋਂ ਕੁਝ ਚੰਗਾ ਹੈ ਬਹਾਦਰ ਸ਼ਾਹ ਸੁਣਵਾਈ ਕਰਦਾ ਹੈ ਬਹਾਦਰ ਸ਼ਾਹ ਪੰਜਾਬ ਦੇ ਵਿੱਚ ਰਹਿ ਕੇ ਗਵਰਨਰੀ ਕਰ ਚੁੱਕਾ ਹੈ ਪੰਜਾਬ ਦੇ ਵਿੱਚ ਰਹਿ ਕੇ ਪੜ ਚੁੱਕਾ ਹੈ ਪੰਜਾਬ ਦੇ ਹਾਲਾਤਾਂ ਤੋਂ ਗੁਰੂ ਘਰ ਦੇ ਸਿਧਾਂਤਾਂ ਤੋਂ ਗੁਰੂ ਘਰ ਦੀਆਂ ਸੇਵਾਵਾਂ ਤੋਂ ਬਹਾਦਰ ਸ਼ਾਹ ਚੰਗੀ ਤਰ੍ਹਾਂ ਵਾਕਿਫ ਹੈ ਜੇ ਹਿੰਦੁਸਤਾਨ ਦੀ ਇਹ ਗੱਦੀ ਤੇ ਬੈਠੇਗਾ ਤੇ ਕਮ ਸੋ ਕਮ ਇਸ ਕਲੇਸ਼ ਨੂੰ ਰੋਕਿਆ ਜਾ ਸਕਦਾ ਹੈ ਖੂਨ ਡੋਲਣ ਤੋਂ ਬਚਾਇਆ ਜਾ ਸਕਦਾ ਹੈ ਘਰ ਬਰਬਾਦ ਹੋਣ ਤੋਂ ਰੋਕੇ ਜਾ ਸਕਦੇ ਹੈ ਗੁਰੂ ਸਾਹਿਬ ਦੀ ਇਹ ਚੋਣ ਸੀ ਮਹਾਰਾਜ ਜੰਗ ਨਹੀਂ ਸੀ ਚਾਹੁੰਦੇ ਮੈਂ ਰਾਤ ਵੀ ਬੇਨਤੀ ਕੀਤੀ ਸੀ ਕਿ ਗੁਰੂ ਘਰ ਨੇ ਇੱਕ ਵੀ ਲੜਾਈ ਨਹੀਂ ਲੜੀ ਇੱਕ ਵੀ ਲੜਾਈ ਇੱਕ ਵੀ ਗੁਰੂ ਘਰ ਨੇ ਨਹੀਂ ਲੜੀ ਕੋਈ ਇੱਕ ਵੀ ਹਾਂ ਜਦੋਂ ਇਹ ਇਕੱਠੇ ਹੋ ਕੇ ਹਮਲਾ ਕਰਨ ਆ ਗਏ ਜਦੋਂ ਇਹ ਕਬਜ਼ਾ ਕਰਨ ਆ ਗਏ ਫੜਨ ਆ ਗਏ ਇਹ ਲੁੱਟਣ ਆ ਗਏ ਉਦੋਂ ਗੁਰੂ ਘਰ ਨੇ ਇਕੱਠਿਆਂ ਹੋ ਕੇ ਇਹਨਾਂ ਦਾ ਮੂੰਹ ਜ਼ਰੂਰ ਪੰਨਿਆ ਜਵਾਬ ਜ਼ਰੂਰ ਦਿੱਤਾ ਇਹਨਾਂ ਨੂੰ ਰੋਕਿਆ ਜ਼ਰੂਰ ਕਿ ਐਵੇਂ ਨਹੀਂ ਕਿ ਤੁਸੀਂ ਆਓਗੇ ਤੇ ਬੰਨ ਕੇ ਲੈ ਜਾਓਗੇ ਐਵੇਂ ਨਹੀਂ ਕਿ ਆਓਗੇ ਤੇ ਭਾਂਡੇ ਚੋਕੇ ਲੈ ਜਾਓਗੇ ਆਓਗੇ ਤੇ ਅਨਾਜ ਚੋਕੇ ਲੈ ਜਾਓਗੇ ਐਵੇਂ ਨਹੀਂ ਹਾਂ ਤੁਸੀਂ ਬੈਠ ਕੇ ਗੱਲ ਕਰਨੀ ਕੋਈ ਆਪਸ ਵਿੱਚ ਵਿਚਾਰ ਚਰਚਾ ਕਰਨੀ ਕੋਈ مشورہ کرنا ਹੈ ਅਸੀਂ ਤਿਆਰ ਹਾਂ ਪਰ ਜੇ ਤੁਸੀਂ ਡੰਡੇ ਦੇ ਜ਼ੋਰ ਨਾਲ ਆਉਣਾ ਚਾਹੁੰਦੇ ਹੋ ਤੇ ਡੰਡੇ ਦਾ ਜ਼ੋਰ ਸਾਹਮਣੇ ਬਰਾਬਰ ਤੇ ਤੁਹਾਡੇ ਨਾਲੋਂ ਜ਼ਿਆਦਾ ਸਾਡੇ ਕੋਲ ਵੀ ਹੈ ਗੁਰੂ ਸਾਹਿਬ ਨੇ ਜਵਾਬ ਜ਼ਰੂਰ ਦਿੱਤਾ ਪਰ ਆਪ ਕਿਤੇ ਵੀ ਲੜਨ ਨਹੀਂ ਗਏ ਫੌਜ ਲੈ ਕੇ ਘੇਰਾ ਨਹੀਂ ਪਾਇਆ ਫੌਜ ਲੈ ਕੇ ਘੇਰਾ ਨਹੀਂ ਪਾਇਆ ਮੈਂ ਇੱਕ ਹੋਰ ਬੇਨਤੀ ਕਰਦਾ ਬੇਈਮਾਨ ਵੇਖੋ ਕਿਦਾਂ ਦੇ ਲੋਕ ਐ ਇਹਦੇ ਭੀਮਚੰਦ ਦੇ ਮੁੰਡੇ ਦਾ ਵੇਖ ਵਿਖਾਵਾ ਹੋਣਾ ਭੀਮਚੰਦ ਨੂੰ ਆਨੰਦਪੁਰ ਸਾਹਿਬ ਜਦੋਂ ਇਹ ਆਇਆ ਇਹ ਗੁਰੂ ਘਰ ਦੀ ਸ਼ਾਨੋ ਸ਼ੌਕਤ ਦੇਖ ਕੇ ਜਿੱਦਣੇ ਭੀਮਚੰਦ ਆਨੰਦਪੁਰ ਆਇਆ ਗੁਰੂ ਦਾ ਸ਼ਾਹੀ ਦਰਬਾਰ ਲੱਗਾ ਸੀ ਗੁਰੂ ਸਾਹਿਬ ਕਲਗੀ ਲਾ ਕੇ ਸ਼ਸਤਰ ਸਜਾ ਕੇ ਬਹੁਤ ਸੋਹਣੀ ਸ਼ਾਨ ਦੇ ਨਾਲ ਸਿੰਘਾਸਨ ਤੇ ਬਿਰਾਜਮਾਨ ਸਾਹਮਣੇ ਇੱਕ ਪਾਸੇ ਗੁਰੂ ਕੇ ਸੈਨਿਕ ਬੈਠੇ ਦੂਜੇ ਪਾਸੇ ਸੰਗਤਾਂ ਬੈਠੀਆਂ ਹੋਈਆਂ ਇਹ ਆਇਆ ਇਨੇ ਸਤਗੁਰੂ ਦੇ ਘਰ ਦੀ ਸ਼ਾਨ ਨੂੰ ਦੇਖਿਆ ਕਿ ਸਾਡੇ ਰਾਜ ਦਰਬਾਰ ਸਾਡੀਆਂ ਰਾਜ ਗੱਦੀਆਂ ਇਹਦੇ ਸਾਹਮਣੇ ਫਿੱਕੀਆਂ ਪੈ ਰਹੀਆਂ ਨੇ ਇੱਕ ਫਕੀਰ ਹੈ ਇਹ ਧਾਰਮਿਕ ਲੋਕ ਹੈ ਤੇ ਸ਼ਾਈ 68 ਇਹਨਾਂ ਦੀ ਸਾਡੇ ਨਾਲੋਂ ਵੀ ਵੱਧ ਹੈ ਇੰਨੀ ਮਹਿੰਗੀ ਚਾਨਣੀ ਲੱਗੀ ਹੋਈ ਐ ਐਡਾ ਸੋਹਣਾ ਸਿੰਘਾਸਣ ਲੱਗਾ ਹੋਇਆ ਇੱਕ ਪਾਸੇ ਹਥਿਆਰ ਬੰਦ ਸੈਨਿਕ ਬੈਠੇ ਹੋਏ ਜਰਨੈਲ ਬੈਠੇ ਹੋਏ ਐ ਇੱਕ ਪਾਸੇ ਸਿੱਖ ਸੰਗਤਾਂ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਕੇ ਉਪਦੇਸ਼ ਨੂੰ ਸ਼ਰਵਣ ਕਰ ਰਹੀਆਂ ਇਹਦੀ ਹੈਰਾਨੀ ਦੀ ਹੱਦ ਉਦੋਂ ਹੋਰ ਟੱਪ ਗਈ ਜਦੋਂ ਇਹਨੇ ਪ੍ਰਸਾਦੀ ਹਾਥੀ ਚੌਰ ਕਰਦਾ ਦੇਖਿਆ ਜਦੋਂ ਇਹਨੇ ਪੰਜ ਕਲਾ ਸ਼ਸਤਰ ਦੇਖਿਆ ਇੱਕ ਬਟਨ ਦਬਾਉਣ ਨਾਲ ਇਕੇ ਹੀ ਥਾਂ ਤੋਂ ਪੰਜ ਵੱਖ-ਵੱਖ ਹਥਿਆਰ ਜਿਹੜੇ ਉਹ ਪ੍ਰਗਟ ਹੁੰਦੇ ਸੀ ਇਹਨੇ ਦੇਖਿਆ ਅਸਾਮ ਵਾਲੇ ਰਾਜੇ ਨੇ ਉਹ ਗੁਰੂ ਸਾਹਿਬ ਨੂੰ ਭੇਟਾ ਕੀਤੀਆਂ ਸੀ ਸਾਰੀਆਂ ਵਸਤੂਆਂ ਇਹ ਸਾਰਾ ਕੁਝ ਦੇਖ ਕੇ ਹੈਰਾਨ ਪਰੇਸ਼ਾਨ ਹੋਇਆ ਬੈਠਿਆ ਗੁਰੂ ਕਰਨੇ ਆਉ ਭਗਤ ਕੀਤੀ ਜੀਓ ਆਇਆ ਆਖਿਆ ਗੁਰੂ ਕਰਨੇ ਜਿੱਦਾਂ ਜਿੰਨਾ ਆਦਰ ਮਾਨ ਬਣਦਾ ਸੀ ਦਿੱਤਾ ਪਰ ਇਹ ਮਨ ਵਿੱਚ ਹੋਰ ਕੁਝ ਲੈ ਕੇ ਬੈਠਾ ਸੀ ਇਹ ਵਾਪਸ ਮੁੜਿਆ ਵਿਦਾਈ ਲਈ ਤੇ ਰਾਹ ਵਿੱਚ ਆਪਣੇ ਸਭ ਤੋਂ ਖਾਸ ਇਹਦਾ ਪੰਮਾ ਪ੍ਰੋਤ ਹੈ ਉਹਦੇ ਨਾਲ ਸਲਾਹ ਕਰਦਾ ਹੈ ਵੀ ਯਾਰ ਗੁਰੂ ਘਰ ਇੰਨੀ ਠਾਠ ਬਾਠ ਇੰਨੀ ਸ਼ਾਨੋ ਸ਼ੌਕਤ ਇਹ ਕਿਵੇਂ ਰੱਖ ਕੇ ਬੈਠੇ ਇੱਥੇ ਸਾਡੀ ਰਿਆਸਤ ਹੋਵੇ ਸਾਡੇ ਇਲਾਕੇ ਆਉਣ ਤੇ ਸਾਡੇ ਇਲਾਕੇ ਦੇ ਵਿੱਚ ਇਹ ਸਾਰੀ ਠਾਠ ਬਾਠ ਤੇ ਇਹ ਸਭ ਸ਼ਾਨੋ ਸ਼ੌਕਤ ਨਗਾਰੇ ਵੱਜਦੇ ਹਥਿਆਰਬੰਦ ਫੌਜਾਂ ਰੱਖੀ ਬੈਠੇ ਨੇ ਇਹ ਸਾਡੇ ਲਈ ਖਤਰਾ ਨਹੀਂ ਹੋਏਗਾ ਇਨੇ ਫਿਰ ਅਗਲੀ ਸਲਾਹ ਕੀਤੀ ਆਖਣ ਲੱਗਾ ਗੁਰੂ ਘਰ ਤੋਂ ਇਹ ਚੀਜ਼ਾਂ ਖੋਹ ਲੈਣੀਆਂ ਚਾਹੀਦੀਆਂ ਕਿ ਇਤਿਹਾਸ ਵਿੱਚ ਸਭ ਕੁਝ ਕਲਮਬੰਦ ਹੈ ਭੀਮਚੰਦ ਕਹਿੰਦਾ ਇਹ ਖੋਹ ਲੈਣੀਆਂ ਚਾਹੀਦੀਆਂ ਪੰਮਾ ਪ੍ਰੋਤ ਆਖਣ ਲੱਗਿਆ ਆਖਣ ਲੱਗਿਆ ਜਨਾਬ ਜੇ ਚੀਜ਼ਾਂ ਖੋਹਣ ਜਾਓਗੇ ਨਾ ਤੇ ਤੁਸੀਂ ਦੇਖ ਹੀ ਆਏ ਹੋ ਨਜ਼ਾਰਾ ਖੋਹਣੀਆਂ ਸੌਖੀਆਂ ਨਹੀਂ ਖੋਹਣ ਲੱਗਿਆਂ ਹੋ ਸਕਦਾ ਹੈ ਕਈ ਕੁਝ ਸਾਡੇ ਕੋਲੋਂ ਖੁੱਸ ਜਾਏ ਇਸ ਰਾਹ ਤੇ ਤੁਰਨਾ ਚੰਗਾ ਨਹੀਂ ਆਖਣ ਲੱਗਾ ਫਿਰ ਕੋਈ ਪ੍ਰਬੰਧ ਕਰੋ ਇਹ ਚੀਜ਼ਾਂ ਗੁਰੂ ਘਰ ਨਹੀਂ ਰਹਿਣੀਆਂ ਚਾਹੀਦੀਆਂ ਗੁਰੂ ਘਰ ਦੀ ਸ਼ਾਨੋ ਸ਼ੌਕਤ ਦੇ ਬਰਾਬਰ ਸਾਡੀ ਸ਼ਾਨੋ ਸ਼ੌਕਤ ਵੱਧ ਹੋਣੀ ਚਾਹੀਦੀ ਹੈ ਇਹਨਾਂ ਨੇ ਬਹਾਨਾ ਕਢਿਆ ਪੰਮਾ ਪ੍ਰੋਤ ਗੁਰੂ ਘਰ ਆਇਆ ਅਨੰਦਪੁਰ ਸਾਹਿਬ ਆਇਆ ਔਰ ਆ ਕੇ ਬੇਨਤੀ ਕਰਦਾ ਹੈ ਮਹਾਰਾਜ ਰਾਜਾ ਭੀਮਚੰਦ ਜੀ ਦੇ ਪੁੱਤਰ ਦਾ ਵਿਆਹ ਹੈ ਆ ਜਿਹੜੀ ਤੁਹਾਡੇ ਤੇ ਚਾਨਣੀ ਪ੍ਰਸਾਦੀ ਹਾਥੀ ਪੰਜ ਕਲਾ ਸ਼ਸਤਰ ਰਾਜਾ ਭੀਮਚੰਦ ਚਾਹੁੰਦੇ ਨੇ ਕਿ ਕੁਝ ਦਿਨਾਂ ਲਈ ਤੁਸੀਂ ਇੱਕ ਕਹਿਲੂਰ ਭੇਜ ਦਿਓ ਜਿੱਦਣ ਵਿਆਹ ਬੀਤ ਜਾਏਗਾ ਇਹ ਵਸਤੂਆਂ ਵਾਪਸ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਆ ਜਾਣਗੀਆਂ ਗੁਰੂ ਸਾਹਿਬ ਚੰਗੀ ਤਰ੍ਹਾਂ ਜਾਣਦੇ ਸੀ ਇਹ ਵੇਖ ਕੇ ਗਏ ਆ ਅੱਜ ਇਹ ਮੰਗਣ ਆਏ ਬੇਨਤੀ ਕਰਦੇ ਆ ਜਿੱਦਣ ਇਹਨਾਂ ਦੇ ਹੱਥ ਆ ਗਈਆਂ ਉਹ ਦਿਨ ਲੜਾਈ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਰਹਿ ਜਾਏਗਾ ਇਹਨਾਂ ਦੇਣੀਆਂ ਨਹੀਂ ਕਿਉਂਕਿ ਮੰਗਣ ਹੀ ਤਾਂ ਆਏ ਗੁਰੂ ਕਰਨੇ ਬੜੇ ਪਿਆਰ ਨਾਲ ਪੰਮੇ ਪ੍ਰੋਤ ਦੀ ਆਓ ਭਗਤ ਕੀਤੀ ਔਰ ਸਤਿਗੁਰੂ ਨੇ ਕੋਲ ਬਿਠਾ ਕੇ ਪਿਆਰ ਨਾਲ ਸਮਝਾਇਆ ਦੇਖ ਭਾਈ ਇਹ ਵਸਤੂਆਂ ਮੇਰੀਆਂ ਨਿੱਜੀ ਨਹੀਂ ਸਤਿਗੁਰੂ ਨੇ ਆਖਿਆ ਇਹ ਮੇਰੀਆਂ ਨਿੱਜੀ ਨਹੀਂ ਇਹ ਜਿੰਨਾ ਕੁਝ ਇੱਥੇ ਤੁਹਾਨੂੰ ਦਿਖਾਈ ਦਿੰਦਾ ਜੋ ਕੁਝ ਤੁਸੀਂ ਮੰਗ ਰਹੇ ਹੋ ਨਾ ਇਹ ਸੰਗਤ ਦਾ ਹੈ ਇਹ ਸੰਗਤ ਦਾ ਹੈ ਇਹ ਸਾਂਝਾ ਹੈ ਇਹ ਸਾਂਝਾ ਹੈ ਸੰਗਤ ਦਾ ਹੈ ਔਰ ਜੋ ਸੰਗਤ ਨੇ ਪੇਟ ਕੀਤਾ ਹੈ ਜੋ ਸੰਗਤ ਦਾ ਹੈ ਉਹ ਮੈਂ ਨਿੱਜੀ ਤੌਰ ਤੇ ਆਪਣੇ ਵੱਲੋਂ ਕਿਸੇ ਇੱਕ ਵਿਅਕਤੀ ਨੂੰ ਇਦਾਂ ਨਹੀਂ ਦੇ ਸਕਦਾ ਇਸ ਸੰਗਤ ਦਾ ਹੈ ਸਮਝਾ ਕੇ 부ਝਾ ਕੇ ਬੜੇ ਪਿਆਰ ਨਾਲ ਸਤਿਗੁਰੂ ਨੇ ਉਹਨੂੰ ਵਿਦਾ ਕੀਤਾ ਪਰ ਔਖੇ ਭਾਰੇ ਭਈ ਹੱਦ ਹੋ ਗਈ ਸਾਡੀ ਰਿਆਸਤ ਵਿੱਚ ਰਹਿੰਦੇ ਆ ਤੇ ਸਾਡੀ ਰਿਆਸਤ ਵਿੱਚ ਰਹਿ ਕੇ ਜੋ ਅਸੀਂ ਚਾਹੁੰਦੇ ਆ ਸਾਨੂੰ ਉਹ ਵੀ ਦੇਣ ਤੋਂ ਇਨਕਾਰੀ ਨੇ ਤੁਸੀਂ ਦੇਖੋ ਕਿਡਾਂ ਕਿਦਾਂ ਦੀਆਂ ਰੱਖ ਕੇ ਬੈਠੇ ਹੋ ਜਾਂ ਇਹ ਉਹਦੇ ਤੋਂ ਵੀ ਇਨਕਾਰੀ ਨੇ ਆਖਰ ਇਸ ਸਾਰੇ ਜ਼ਰ ਵਿੱਚੋਂ ਇਸ ਕੌੜਤਣ ਵਿੱਚੋਂ ਇਸ ਈਰਖਾ ਵਿੱਚੋਂ ਪਹਾੜੀ ਰਾਜਿਆਂ ਦੇ ਇਹਨਾਂ ਮੰਦੇ ਮਨਸੂਬਿਆਂ ਵਿੱਚੋਂ ਪੰਗਾਣੀ ਦਾ ਯੁੱਧ ਨਿਕਲਦਾ ਹੈ। ਪੰਗਾਣੀ ਦਾ ਯੁੱਧ ਪੰਗਾਣੀ ਦਾ ਯੁੱਧ ਇਹਨਾਂ ਨੇ ਤਿਆਰੀ ਕੀਤੀ ਹੈ। ਪਹਾੜੀ ਰਾਜਿਆਂ ਨੇ ਰਲ ਕੇ ਤਿਆਰੀ ਕੀਤੀ 10000 ਦੀ ਫੌਜ ਹੈ ਇਹਨਾਂ ਕੋਲ ਪਹਾੜੀ ਰਾਜਿਆਂ ਦੀ ਪੰਗਾਣੀ ਦੇ ਯੁੱਧ ਵਿੱਚ ਇੱਕ ਹੋਰ ਖਾਸੀਅਤ ਦੇਖੋ। ਕੀ ਬਾਤ ਹੈ ਸਤਿਗੁਰੂ ਅੱਗੇ ਆਪਣੇ ਆਪ ਸਿਰ ਝੁਕ ਜਾਂਦਾ ਹੈ। ਅਸੀਂ ਛਾੜੀ ਬੈਠੇ ਸਾਰਾ ਕੁਝ ਅਸੀਂ ਹੋਰ ਨਾ ਹੀ ਗੱਲਾਂ ਵਿੱਚ ਉਲਝ ਕੇ ਰਹਿ ਗਏ ਆ। ਅਸੀਂ ਤੇ ਡੇਰਿਆਂ ਦੀਆਂ ਪ੍ਰਕਰਮਾਂ ਕਰਨ ਜੋਗੀ ਰਹਿ ਗਏ ਆ। ਪੰਗਾਣੀ ਦੇ ਯੁੱਧ ਦੀ ਇਹਨਾਂ ਨੇ ਤਿਆਰੀ ਕੀਤੀ 10000 ਇਹਨਾਂ ਦੀ ਫੌਜ ਹੈ ਤੇ 2000 ਸਤਿਗੁਰੂ ਕੋਲ ਫੌਜ ਹੈ। ਦੱਸੋ ਕੋ ਮੁਕਾਬਲਾ? ਇੱਕ ਪਾਸੇ 10000 ਤੇ ਇੱਕ ਪਾਸੇ 2000 16000 ਫੌਜ ਰਾਜਿਆਂ ਦੀ ਹੈ ਜਿਨ੍ਹਾਂ ਕੋਲ ਚੰਗੇ ਹਥਿਆਰ ਘੋੜੇ ਸ਼ਸਤਰ ਤੇ ਹੋਰ ਉਹਨਾਂ ਕੋਲ ਸੁਰੱਖਿਆ ਦਾ ਤੇ ਖਾਣ ਪੀਣ ਦਾ ਸਮਾਨ ਵਾਧੂ ਹੈ ਤੇ ਗੁਰੂ ਘਰ ਦੇ 2000 ਉਹਨਾਂ ਸੂਰਬੀਰਾਂ ਚ ਜਦੋਂ ਤੁਸੀਂ ਇਤਿਹਾਸ ਪੜੋਗੇ ਉਹਦੇ ਚ ਇੱਕ ਹਲਵਾਈ ਦਾ ਜ਼ਿਕਰ ਆਉਂਦਾ ਹੈ ਇੱਕ ਮੱਝਾਂ ਚਾਰਨ ਵਾਲੇ ਦਾ ਜ਼ਿਕਰ ਆਉਂਦਾ ਉਹਦੇ ਵਿੱਚ 400 99 ਜਿਹੜੇ ਉਹ ਮਹੰਤ ਭੱਜ ਗਏ ਸੀ ਕੜਾ ਖਾਣੇ ਉਹਨਾਂ ਵਿੱਚੋਂ ਇੱਕੋ ਹੀ ਬਾਕੀ ਬਚ ਗਿਆ ਸੀ ਮਹੰਤ ਕ੍ਰਿਪਾਲਦਾਸ ਉਸ 2000 ਦੇ ਵਿੱਚ ਮਹੰਤ ਕ੍ਰਿਪਾਲਦਾਸ ਵੀ ਹੈ ਖੈਰ ਮੈਂ ਬੇਨਤੀ ਕਰ ਲੱਗਾ ਇਹਨਾਂ ਨੇ ਤਿਆਰੀ ਕੀਤੀ ਫੌਜ 10000 ਸਤਿਗੁਰੂ ਕੋਲ 2000 ਸਤਿਗੁਰੂ ਦੀ ਦੇਖੋ ਦੂਰਦਰਸ਼ਤੀ ਮੈਦਾਨ ਸਤਿਗੁਰੂ ਨੇ ਚੁਣਿਆ ਰਾਜੇ ਇਹ ਫੌਜ ਇਹਨਾਂ ਕੋਲ ਪੰਗਾਣੀ ਦਾ ਮੈਦਾਨ ਚੁੰਨ ਵਿੱਚ ਸਤਿਗੁਰੂ ਨੇ ਪਹਿਲ ਕੀਤੀ ਕਿ ਇਸ ਮੈਦਾਨ ਵਿੱਚ ਅਸੀਂ ਆਵਾਂਗੇ ਇਹਨਾਂ ਤੋਂ ਪਹਿਲਾਂ ਸਤਿਗੁਰੂ ਨੇ ਪੰਗਾਣੀ ਵਾਲਾ ਮੈਦਾਨ ਮੱਲਿਆ ਔਰ ਸਤਿਗੁਰੂ ਨੇ ਪਹਿਲਾਂ ਆਖਿਆ ਸੂਈਆਂ ਦੇ ਆਧਾਰ ਤੇ ਜਿਹੜੀ ਖਬਰ ਮਿਲੀ ਸੀ ਸਤਿਗੁਰੂ ਨੂੰ ਸਤਿਗੁਰੂ ਨੇ ਪਹਿਲਾਂ ਆਖਿਆ ਆਪਣੇ ਜਰਨੈਲਾਂ ਨੂੰ ਭਾਈ ਸੰਗੋਸ਼ਾ ਜੀਤਮਲ ਜਿਹੜੇ ਗੁਰੂ ਕੇ ਭੂਆ ਦੇ ਲਾਲ ਨੇ ਸਤਿਗੁਰੂ ਨੇ ਪਹਿਲਾਂ ਉਹਨਾਂ ਨੂੰ ਆਖਿਆ ਇਸ ਮੈਦਾਨ ਤੋਂ ਇਧਰੋਂ ਇਹ ਆਉਣਗੇ ਇੱਕ ਪਾਸੇ ਦਰਿਆ ਵਗਦਾ ਹੈ ਇੱਕ ਪਾਸੇ ਉੱਚੀ ਪਹਾੜੀ ਹੈ ਇੱਕ ਰਸਤੇ ਤੋਂ ਇਹਨਾਂ ਨੇ ਆਉਣਾ ਹੈ ਸਾਹਮਣੇ ਅਸੀਂ ਖੜੇ ਹਾਂ ਇਧਰ ਦਰਿਆ ਇਧਰ ਪਹਾੜੀ ਇਧਰ ਅਸੀਂ ਖੜੇ ਤਿੰਨ ਹਿੱਸੇ ਸਾਡੇ ਕੋਲ ਨੇ ਦਰਿਆ ਚ ਇਹ ਵੜ ਨਹੀਂ ਸਕਦੇ ਪਹਾੜੀ ਇਹ ਚੜ ਨਹੀਂ ਸਕਦੇ ਸਾਹਮਣੇ ਅਸੀਂ ਖੜੇ ਹਾਂ ਇੱਕੋ ਹੀ ਰਾਹ ਇਹਨਾਂ ਕੋਲ ਹੈ ਜਿੱਧਰੋਂ ਇਹਨਾਂ ਨੇ ਆਉਣਾ ਹੈ ਇਹ ਸਤਿਗੁਰੂ ਦੀ ਮੈਦਾਨ ਦੀ ਚੋਣ ਬੜੀ ਆਲਾ ਸ਼ਾਨ ਹੈ ਦੁਨੀਆ ਦੇ ਜਰਨੈਲ ਜਦੋਂ ਉਸ ਇਤਿਹਾਸ ਨੂੰ ਪੜਦੇ ਆ ਔਰ ਇੱਥੋਂ ਤੱਕ ਵੀ ਲਿਖਿਆ ਮਿਲਦਾ ਹੈ ਕਿ ਕੁਝ ਲੋਕਾਂ ਨੇ ਆ ਕੇ ਮੈਦਾਨ ਜਿਹੜਾ ਜੰਗ ਦਾ ਚੁਣਿਆ ਗਿਆ ਉਹਨੂੰ ਉਹਨਾਂ ਨੇ ਆਪਣੇ ਨੁਕਤਾ ਨਿਗਾਹ ਦੇ ਨਾਲ ਵੇਖਣ ਦਾ ਯਤਨ ਕੀਤਾ ਕਿ ਸਤਿਗੁਰੂ ਨੇ ਛੋਟੀ ਉਮਰ ਦੇ ਵਿੱਚ ਜਦੋਂ ਇੱਥੇ ਮੈਦਾਨ ਦੀ ਚੋਣ ਕੀਤੀ ਹੈ ਤੇ ਕਿਹੜੇ ਢੰਗ ਦੇ ਨਾਲ ਵੱਡਿਆਂ ਵੱਡਿਆਂ ਜਰਨੈਲਾਂ ਨੂੰ ਮਾਤ ਪਾ ਛੱਡੀ ਹੈ ਔਰ ਸਤਿਗੁਰੂ ਦੇ ਲਾਲ ਲੜੇ ਸਤਗੁਰੂ ਦੇ ਲਾਲ ਲੜੇ ਪੀਰ ਬੁੱਧੂ ਸ਼ਾਹ ਹੋ ਰਹੀ ਆ ਕੇ ਬਰਾਬਰ ਤੇ ਖੜੇ ਭਾਵੇਂ ਪੀਰ ਬੁੱਧੂ ਸ਼ਾਹ ਦੇ ਆਪਣੇ ਭਰਾ ਪੁੱਤਰ ਇਸ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਦੇ ਪੁੱਤ ਬੀਬੀ ਵੀਰੋ ਜੀ ਦੇ ਲਾਡਲੇ ਇਸ ਜੰਗ ਵਿੱਚ ਸ਼ਹੀਦ ਹੁੰਦੇ ਆ ਭਾਵੇਂ ਕਿ ਨੁਕਸਾਨ ਹੋਇਆ ਪਰ 2000 ਦੀ ਫੌਜ ਨੇ 10000 ਫੌਜ ਕੁਝ ਘੰਟਿਆਂ ਵਿੱਚ ਅੱਗੇ ਲਾ ਲਈ ਤੇ 2000 ਫੌਜ ਵਿੱਚ ਕੌਣ ਮੰਤ ਕਿਰਪਾਲ ਦਾਸ ਨੰਗੇ ਧੜ ਹੱਥ ਵਿੱਚ ਇੱਕ ਮੋਟਾ ਸੋਟਾ ਲਿਆ ਹੋਇਆ ਹੈ ਹਲਵਾਈ ਦੇ ਹੱਥ ਵਿੱਚ ਕੁਝ ਨਹੀਂ ਸੀ ਜਿਹੜਾ ਉਹ ਕੜਾਈ ਦੇ ਵਿੱਚ ਖੁਰਚਣਾ ਫੇਰਦਾ ਸੀ ਨਾ ਲੰਬਾ ਉਹੋ ਹੀ ਉਹਦੇ ਹੱਥ ਵਿੱਚ ਸੀ ਮੈਦਾਨ ਵਿੱਚ ਉਹ ਵੀ ਹੈ ਮਜਾਂ ਚਾਰਨ ਵਾਲੇ ਦੇ ਹੱਥ ਵਿੱਚ ਜਿਹੜੀ ਉਹਦੇ ਕੋ ਡਾਂਗ ਸੀ ਉਹੋ ਹੀ ਲੈ ਕੇ ਮੈਦਾਨ ਵਿੱਚ ਖਲੋਤਾ ਹੈ ਐਸ ਫੌਜ ਦੇ ਸਾਹਮਣੇ ਜਿਨ੍ਹਾਂ ਕੋਲ ਹਥਿਆਰ ਵੀ ਚੰਗੇ ਨਹੀਂ ਘੋੜੇ ਵੀ ਚੰਗੇ ਨਹੀਂ ਔਰ ਪੰਗਾਣੀ ਦੇ ਮੈਦਾਨ ਵਿੱਚੋਂ 10000 ਦੀ ਫੌਜ 2000 ਦੇ ਸਾਹਮਣੇ ਘੰਟਿਆਂ ਵਿੱਚ ਹੀ ਦੌੜ ਗਈ। ਘੰਟਿਆਂ ਵਿੱਚ ਹੀ ਦੌੜ ਗਈ। ਰਾਸ਼ਨ ਛੱਡ ਗਏ, ਘੋੜੇ ਛੱਡ ਗਏ, ਹਥਿਆਰ ਛੱਡ ਗਏ। ਇਹ 10000 ਜਿਹੜੇ ਬੜੇ ਮਾਣ ਨਾਲ, ਫਖਰ ਨਾਲ ਵੀ ਆਪਾਂ ਤਾਂ ਜਾਂਦੇ ਹਾਂ ਫੜ ਕੇ ਤੇ ਬਸ ਲੈ ਆਉਣੇ ਆ ਤੇ ਜੋ ਚਾਹਾਂਗੇ ਮਨਾ ਲਾਂਗੇ। ਨਹੀਂ ਹੋ ਸਕਿਆ। ਮੈਂ ਬੇਨਤੀ ਕਰਨ ਲੱਗਾ ਇਹ ਰਾਜਨੀਤਿਕ ਲੋਕ ਪਹਿਲਾਂ ਵੀ ਇਦਾਂ ਕਰਦੇ ਰਹਿ ਮੌਕਾ ਪ੍ਰਸਤ ਰਹਿ ਮੌਕਾ ਪ੍ਰਸਤ ਰਹਿ ਇਹਨਾਂ ਨੂੰ ਲੋੜ ਪਈ ਤੇ ਇਹ ਭਿੱਜੀਆਂ ਬਿੱਲੀਆਂ ਬਣ ਕੇ ਸਿਰ ਨਿਵਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਗੁਰੂ ਘਰ ਤੋਂ ਸਹਾਇਤਾ ਮੰਗਦੇ ਵੀ ਰਹੇ ਤੇ ਗੁਰੂ ਘਰ ਨੇ ਸਹਾਇਤਾ ਦਿੱਤੀ ਵੀ ਔਰ ਜਿੱਦਣ ਇਹਨਾਂ ਦਾ ਸਾਹ ਸੌਖਾ ਹੋਇਆ ਜਿੱਦਣ ਤਾਕਤ ਇਹਨਾਂ ਦੀ ਬਣ ਗਈ ਇਹ ਆਪਣੀ ਤਾਕਤ ਇਕੱਠੀ ਕਰਕੇ ਗੁਰੂ ਘਰ ਨੂੰ ਹੀ ਉਜਾੜਨ ਵਾਸਤੇ ਤੁਰਦੇ ਰਹੇ ਅੱਜ ਵੀ ਇਹੋ ਹੀ ਹਾਲਾਤ ਹੈ ਗੁੱਸਾ ਨਾ ਕਰਿਓ ਅੱਜ ਵੀ ਇਹੋ ਹੀ ਹਾਲਾਤ ਹੈ ਅੱਜ ਦੇ ਰਾਜਨੀਤਿਕਾਂ ਦਾ ਵੇਖ ਲਓ ਕੀ ਹਾਲ ਹੈ ਇਹ ਵੀ ਇਹੀ ਕੁਝ ਕਰਦੇ ਆ ਸਾਨੂੰ ਕਿਵੇਂ ਕਮਲਿਆ ਬਣਾਉਂਦੇ ਅਸੀਂ ਝੱਟ ਬਣ ਜਾਂਦੇ ਆ ਕਸੀਂ ਐਵੇਂ ਹੀ ਨਾਰਿਆਂ ਤੇ ਰੀਝ ਜਾਣੇ ਆ ਅਸੀਂ ਐਵੇਂ ਹੀ ਇੰਨਾਂ ਗੱਲਾਂ ਤੇ ਮੈਂ ਬੇਨਤੀ ਹੋਰ ਵੀ ਇੱਕ ਕਰਦਾ ਤੁਸੀਂ ਦੇਖੋ 1984 ਦਾ ਸਾਕਾ ਵਾਪਰਿਆ ਉਸ ਕੱਲੂ ਘਾਰੇ ਨੇ ਸਿੱਖ ਕੌਮ ਨੂੰ ਸਿੱਖ ਆਵਾਮ ਨੂੰ ਖੂਨ ਦੇ ਹੰਝੂ ਰਵਾਏ ਆ ਜੋ ਹੋਇਆ ਉਹ ਸਾਡੇ ਸਾਹਮਣੇ ਆ ਸਾਰਾ ਕੁਝ ਲਿਖਤੀ ਵੀ ਹੈ ਸਭ ਕੁਝ ਆਪਾਂ ਸੁਣਦੇ ਪੜ੍ਹਦੇ ਵੀ ਸਭ ਕੁਝ ਦੇਖ ਰਹੇ ਆ ਕਿੰਦੀ ਹੈਰਾਨੀ ਦੀ ਗੱਲ ਹੈ ਜਿਨ੍ਹਾਂ ਨੇ ਕੁੱਟਿਆ ਬੜੇ ਚਲਾਕ ਲੋਕ ਨੇ ਅੱਗ ਲਾਉਂਦੇ ਆ ਤੇ ਅੱਗ ਲਾ ਕੇ ਡੱਬੀ ਵੀ ਸਾਡੇ ਹੱਥ ਫੜਾ ਦਿੰਦੇ ਵੀ ਤੁਸੀਂ ਕੀਤਾ ਆ ਤੁਹਾਡੇ ਪੈਰੋਂ ਹੀ ਹੋਇਆ ਸਾਰਾ ਕੁਝ ਅੱਗ ਲਾਉਂਦੇ ਆ ਤੇ ਅੱਗ ਲਾ ਕੇ ਡੱਬੀ ਸਾਡੇ ਹੱਥ ਫੜਾ ਦਿੰਦੇ ਵੀ ਤੁਸੀਂ ਕੀਤਾ ਕਿੱਡੀ ਹੈਰਾਨੀ ਦੀ ਗੱਲ ਹੈ ਸਾਰੇ ਮਿਲੇ ਹੋਏ ਆ ਜੇ ਇੱਕ ਧਿਰ ਹਮਲਾ ਕਰਦੀ ਹੈ ਤੇ ਦੂਜੀ ਧਿਰ ਹਮਲਾ ਕਰਨ ਵਾਲਿਆਂ ਨੂੰ ਦੁਰਗਾ ਦੇ ਖਿਤਾਬ ਦੇ ਕੇ ਨਿਵਾਜਦੀ ਹੈ ਹੋਇਆ ਨਾ ਸਭ ਕੁਝ ਫਿਰ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਮਾਮਲਾ ਇਹਨਾਂ ਨੇ ਜਿੱਤ ਲਿਆ ਇਹਨਾਂ ਨੇ ਆਪਣੇ ਮਸਲੇ ਵਿੱਚ ਆਪਣੇ ਮਿਸ਼ਨ ਵਿੱਚ ਕਾਮਯਾਬੀ ਹਾਸਲ ਕੀਤੀ ਖੂਨ ਖਰਾਬਾ ਕਰ ਲਿਆ ਲੁੱਟ ਪੁੱਟ ਕਰ ਲਈ ਤਬਾਹ ਸਭ ਕੁਝ ਕਰ ਦਿੱਤਾ ਤੇ ਫਿਰ ਇੱਕ ਧਿਰ ਸਾਡੇ ਵੱਲ ਖਲੋਂਦੀ ਕਿ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਹੈਰਾਨੀ ਦੀ ਗੱਲ ਰਲ ਮਿਲ ਕੇ ਕੁੱਟਣ ਵਾਲੇ ਇੱਕ ਸਾਡੇ ਵੱਲ ਖਲੋਂਦਾ ਤੇ ਇੱਕ ਸਾਹਮਣੇ ਧਿਰ ਇਨਸਾਫ ਦੇਣ ਵਾਲੀ ਤੇ ਇੱਕ ਲੈਣ ਵਾਲੀ ਮੈਨੂੰ ਇੱਕ ਗੱਲ ਦੀ ਅੱਜ ਤੱਕ ਸਮਝ ਨਹੀਂ ਲੱਗੀ ਜਿਨ੍ਹਾਂ ਨੇ ਕੁੱਟਿਆ ਉਹਨਾਂ ਦੇ ਅੱਗੇ ਹੱਥ ਜੋੜਿਆ ਇਨਸਾਫ ਮਿਲ ਜੂ ਉਹੋ ਹੀ ਕੁੱਟਣ ਵਾਲੇ ਉਹਨਾਂ ਦੇ ਅੱਗੇ ਹੱਥ ਜੋੜ ਰਹੇ ਆ ਕਿਵੇਂ ਸਾਨੂੰ ਕਮਲਿਆ ਬਣਾਉਂਦੇ ਆ ਇਹਨਾਂ ਲੋਕਾਂ ਨੇ ਇਨਸਾਫ ਨਹੀਂ ਦੇਣਾ ਇਹ ਲੋਕ ਇਨਸਾਫ ਨਹੀਂ ਦੇ ਸਕਣਗੇ ਅੱਜ ਤੁਸੀਂ ਦੇਖੋ ਕਿੰਨੇ ਸਾਲ ਬੀਤ ਗਏ ਕਮਿਸ਼ਨ ਤੇ ਕਮਿਸ਼ਨ ਲਾਰੇ ਤੇ ਲਾਰੇ ਕਿੱਥੋਂ ਤੱਕ ਕਹਾਣੀਆਂ ਔਰ ਕਿੰਨੇ ਲੋਕ ਸਾਡੇ ਜਿਹੜੇ ਅੱਖੀਂ ਵੇਖਣ ਵਾਲੇ ਗਵਾਹ ਸੀਗੇ ਉਹ ਤੁਰ ਗਏ ਇਸ ਤੋਂ ਸੰਸਾਰ ਤੋਂ ਆਪਣੀ ਪੀੜ ਲੈ ਕੇ ਇਦਾਂ ਹੀ ਬਿਲਕਦੇ ਚਲੇ ਗਏ ਕੁਝ ਨਹੀਂ ਹੋਇਆ ਹੋਣਾ ਵੀ ਨਹੀਂ ਹੋਣਾ ਵੀ ਨਹੀਂ ਸਾਡੇ ਵਿਚਲੇ ਜਿਹੜੇ ਦਸਤੇ ਆ ਨਾ ਦਸਤੇ ਕੁਹਾੜਿਆਂ ਨੇ ਤੇ ਨੁਕਸਾਨ ਕਰਨਾ ਹੈ ਜਿਹੜੇ ਦਸਤੇ ਆ ਇਹਨਾਂ ਨੇ ਸਾਨੂੰ ਕਿਸੇ ਪਾਸੇ ਲੱਗਣ ਨਹੀਂ ਦੇਣਾ ਮੈਂ ਬੇਨਤੀ ਕਰ ਲੱਗਾ ਰਾਜਨੀਤਿਕਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਪਹਿਲਾਂ ਵੀ ਇਦਾਂ ਕਰਦੇ ਰਹੇ ਇਹ ਹੁਣ ਵੀ ਇਦਾਂ ਹੀ ਕਰਦੇ ਆ ਜਦੋਂ ਲੋੜ ਪੈਂਦੀ ਗੁਰਦੁਆਰੇ ਮੱਥਾ ਵੀ ਟੇਕਣਗੇ ਵੋਟਾਂ ਵੀ ਮੰਗਣਗੇ ਸਾਰੇ ਵਾਦੇ ਲਾਰੇ ਸਭ ਕੁਝ ਕਰਨਗੇ ਨਾਰੇ ਜਕਾਰੇ ਵੀ ਤੁਹਾਡੇ ਨਾਲ ਲਾ ਜਾਣਗੇ ਔਰ ਜਦੋਂ ਮੌਕਾ ਬਣੇਗਾ ਉਦੋਂ ਇਹ ਡੇਰਿਆਂ ਦੀ ਸ਼ਰਨ ਵਿੱਚ ਜਾ ਕੇ ਵੀ ਬਹਿ ਜਾਣਗੇ ਇਹ ਕਿਸੇ ਦੇ ਨਹੀਂ ਇਹ ਕਿਸੇ ਦੇ ਵੀ ਨਹੀਂ ਜੇ ਕੋਈ ਸਿੱਖਾਂ ਦਾ ਮਸਲਾ ਹੋਏਗਾ ਇਹ ਪੱਖਪੂਰਤੀ ਡੇਰਿਆਂ ਦੀ ਕਰਨਗੇ ਇਹ ਡੇਰਿਆਂ ਦੀ ਕਰਨਗੇ ਆ ਤੁਸੀਂ ਦੇਖੋ ਸਰਸੇ ਵਾਲੇ ਦੇ ਸੰਬੰਧ ਵਿੱਚ ਕਿੰਨਾ ਕੁਛ ਇਹਨਾਂ ਨੇ ਸ਼ਰਿਆਮ ਉਹਨਾਂ ਦੇ ਹੱਕ ਵਿੱਚ ਭੁਗਤਦੇ ਰਹੇ ਆ ਇੱਕ ਫਰਿੱਜ ਵਿੱਚ ਲੱਗਾ ਪਿਆ ਉਹਦੇ ਹੱਕ ਵਿੱਚ ਅੱਜ ਤੱਕ ਭੁਗਤੀ ਜਾਂਦੇ ਆ ਨਹੀਂ ਭੁਗਤਦੇ ਫੇ ਕੀ ਜੇ ਇਹੋ ਹੀ ਮਸਲਾ ਸਿੱਖਾਂ ਦਾ ਹੁੰਦਾ ਤੇ ਇਹ ਚੁੱਪ ਕਰਕੇ ਬਹਿ ਜਾਂਦੇ ਇਨਾਂ ਨੇ ਇਹੋ ਹੀ ਨੀਤੀ ਅਪਣਾਉਣੀ ਸੀ ਇਹ ਖੇਖਣ ਕਰਦੇ ਖੇਖਣ ਸਾਨੂੰ ਗੁੰਮਰਾਹ ਕਰਦੇ ਆ ਸਾਨੂੰ ਲੁੱਟਦੇ ਆ ਸਾਨੂੰ ਤਬਾਹ ਕਰਦੇ ਸਾਨੂੰ ਗੁੰਮਰਾਹ ਕਰਦੇ ਆ ਔਰ ਇਹ ਆ ਚੰਗਾ ਹੋਇਆ ਰੋਲਾ ਰੱਪਾ ਪਿਆ ਫਤਿਹਗੜ ਸਾਹਿਬ ਦੀ ਧਰਤੀ ਤੋਂ ਜਿਹੜੀਆਂ ਰਾਜਨੀਤਿਕ ਕਾਨਫਰੰਸਾਂ ਜੋ ਉੱਥੇ ਕਰਦੇ ਸੀ ਪਹਿਲੀ ਗੱਲ ਤਾਂ ਇਹ ਦੇਖੋ ਧਿਆਨ ਨਾਲ ਬੜੇ ਚਿਰ ਬਾਅਦ ਟਲਣਗੇ ਤਾਂ ਜੇ ਵੀ ਨਹੀਂ ਇਹ ਮਤ ਸੋਚੋ ਕਿ ਚੁੱਪ ਕਰਕੇ ਬਹਿ ਜਾਣਗੇ ਜਾਂ ਟਲ ਜਾਣਗੇ ਟਲਣਗੇ ਨਹੀਂ ਪਰ ਚਲੋ ਬੜੇ ਚਿਰ ਬਾਅਦ ਇਹਨਾਂ ਨੂੰ ਇਹ ਰੱਦ ਕਰਨੀਆਂ ਪੈ ਗਈਆਂ ਭਾਵੇਂ ਵੋਟਾਂ ਦਾ سلسلہ ਹੀ ਸਾਹਮਣੇ ਰੱਖ ਕੇ ਕੀਤੀਆਂ ਪੈਂਤੜਾ ਖੇਲ ਗਏ ਪਰ ਕਰ ਗਏ ਮੈਨੂੰ ਇੱਕ ਗੱਲ ਦੱਸੋ ਇਹ ਰਾਜ ਕੇ ਬੇਈਮਾਨ ਲੁੱਟਣ ਵਾਲੇ ਕਾਤਲ ਗੁੰਡਾ ਬਰਗੇਡ ਰੱਖਣ ਵਾਲੇ ਲੋਕ ਇਹ ਸਹਿਬਜ਼ਾਦਿਆਂ ਨੂੰ ਸ਼ਹਾਦਤ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਸ਼ਰਧਾਂਜਲੀयां ਦਿੰਦੇ ਉਥੇ ਇਹ ਸ਼ਹੀਦੀ ਦੀਆਂ ਗੱਲਾਂ ਕਰਦੇ ਇਹ ਸ਼ਹੀਦੀ ਦੀਆਂ ਬਾਤਾਂ ਪਾਉਂਦੇ ਭਲਾ ਚੰਗੇ ਲੱਗਦੇ ਆ ਜਿਹੜੇ ਵੀ ਉੱਥੇ ਬੋਲਣਗੇ ਸਾਬਜਾਦਿਆਂ ਨੇ ਹਕੂਮਤ ਦੀਆਂ ਜੜਾਂ ਹਲਾ ਦਿੱਤੀਆਂ ਸਾਬਜਾਦਿਆਂ ਨੇ ਆਹ ਕਰ ਦਿੱਤਾ ਸਾਬਜਾਦਿਆਂ ਨੇ ਵਜ਼ੀਰ ਖਾਨ ਨੂੰ ਲਲਕਾਰਿਆ ਸਾਬਜਾਦਿਆਂ ਨੇ ਸੁਚਾਨੰਦ ਨੂੰ ਇੰਜ ਕਿਹਾ ਸਾਬਜਾਦਿਆਂ ਨੇ ਕਚਹਿਰੀ 'ਚ ਜਾ ਕੇ ਜਕਾਰੇ ਛੱਡੇ ਆਹ ਕੀਤਾ ਆਹ ਕੀਤਾ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ ਕੀ ਉਹਦੇ ਨਾਲ ਜਿਹੜੇ ਸਾਹਮਣੇ ਬੈਠੇ ਕਦੀ ਉਹਨਾਂ ਨੇ ਸੋਚਿਆ ਕਿ ਇਹਨਾਂ ਦੀ ਸਾਬਜਾਦਿਆਂ ਨਾਲ ਇਹਨਾਂ ਗੱਲਾਂ ਨਾਲ ਕੋਈ ਗੱਲ ਮੇਲ ਖਾਂਦੀ ਹੈ ਇਹ ਤਾਂ ਸਾਰੇ ਉਲਟੇ ਚੱਲਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ 'ਚ ਧੱਕਿਆ ਉਹ ਵੀ ਉੱਥੇ ਇਹ ਗੱਲਾਂ ਕਰਨਗੇ ਜਿਨ੍ਹਾਂ ਨੇ ਗੁੱਟਾਂ ਤੇ ਰੱਸੇ ਬੱਧੇ ਮੌਲੀਆਂ ਦੇ ਲਾਲ ਧਾਗਿਆਂ ਦੇ ਉਹਨਾਂ ਨੇ ਜਾ ਕੇ ਵੀ ਬਾਹਾਂ ਕੱਢ ਕੱਢ ਕੇ ਸਹਿਬਜ਼ਾਦਿਆਂ ਨੇ ਫਤਿਹ ਬੁਲਾਈ ਤੇ ਆ ਕੀਤਾ ਉਹਨਾਂ ਨੇ ਵੀ ਇਹ ਕਰੀ ਜਣਾ ਕੋਈ ਹੈ ਧਰ ਮਹਿਮਾਨ ਜਿਹੜੇ ਸਾਹਮਣੇ ਬਹਿਣ ਵਾਲੇ ਉਹ ਜਕਾਰੇ ਛੱਡੀ ਜਾਂਦੇ ਦੇ ਜਕਾਰੇ ਤੇ ਜਕਾਰਾ ਦੇ ਜਕਾਰੇ ਤੇ ਜਕਾਰਾ ਕੀ جنگ ਲੱਗੀ ਐ ਇੱਥੇ ਕੀ ਜਿੱਤ ਲਿਆ ਇਹਨਾਂ ਨੇ ਅਸੀਂ ਕਦੇ ਵੀ ਆਪਣੇ ਘਰ ਵੱਲ ਆਪਣੀ ਵਿਰਾਸਤ ਵੱਲ ਧਿਆਨ ਨਹੀਂ ਮਾਰਿਆ ਕਿ ਸਾਨੂੰ ਕੌਣ ਕੀ ਕਹਿ ਰਿਹਾ ਹੈ ਸਾਨੂੰ ਕੌਣ ਕਿੱਧਰ ਲੈ ਜਾ ਰਿਹਾ ਹੈ ਅਸੀਂ ਕਿੰਨਾ ਕੁਝ ਗਵਾਇਆ ਕਿੰਨਾ ਖਟਿਆ ਕਿੱਥੋਂ ਕੀ ਕੱਢਣਾ ਹੈ ਅਜੇ ਤੱਕ ਨਹੀਂ ਅਸੀਂ ਸੋਚਿਆ ਅਸੀਂ ਸਿਰ ਜੋੜ ਕੇ ਬਹਿਣ ਨੂੰ ਤਿਆਰ ਨਹੀਂ ਖਿਮਾ ਕਰਿਓ ਗੁੱਸਾ ਨਾ ਕਰਿਓ ਐਨਾ ਗੁਰਦੁਆਰਿਆਂ ਦੀ ਵਰਤੋਂ ਅਸੀਂ ਕਾਦੇ ਲਈ ਕਰਨੀ ਕਿਉਂ ਕਰਨੀ ਆ ਕਿਵੇਂ ਕਰਨੀ ਕਦੋਂ ਕਰਨੀ ਹੈ ਅਜੇ ਤੱਕ ਅਸੀਂ ਇਹ ਨਹੀਂ ਕਰ ਸਕੇ ਇਹ ਗੁਰਦੁਆਰੇ ਅਸੀਂ ਸਿਰਫ ਪੂਜਾ ਦਾ ਸਥਾਨ ਬਣਾ ਕੇ ਰੱਖ ਲੈ ਸੁੱਖਾਂ ਸੁੱਖੋ ਇੱਥੇ ਖੰਡ ਪਾਠ ਕਰਾ ਲਓ ਮਰ ਗਿਆ ਆ ਜਾਓ ਮੱਥਾ ਟੇਕੋ ਜੰਪਿਆ ਕਰਾ ਲਓ ਖੰਡ ਪਾਠ ਕੜਾ ਖਾਓ ਲੰਗਰ ਖਾਓ ਜਕਾਰੇ ਲਾਓ ਤੇ ਘਰ ਨੂੰ ਚਲੇ ਜਾਓ ਇਹ ਗੁਰਦੁਆਰੇ ਪੂਜਾ ਦਾ ਸਥਾਨ ਨਹੀਂ ਜੇ ਸਤਿਗੁਰੂ ਦੀ ਬਾਣੀ ਵਿੱਚੋਂ ਵੀ ਪੜੋਗੇ ਇਹ ਸਤਿਗੁਰੂ ਦੀ ਧਰਮਸਾਲ ਹੈ ਇਹ ਸਕੂਲ ਹੈ ਸਿੱਖੀ ਦਾ ਇਹ ਸੋਮਾ ਹੈ ਸਿੱਖੀ ਦਾ ਇਥੋਂ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਜਿਹੜੀਆਂ ਲਹਿਰਾਂ ਜਿਹੜਾ ਜਿਹੜਾ ਕੁਝ ਇਥੋਂ ਉੱਠਣਾ ਚਾਹੀਦਾ ਓ ਉਠ ਨਹੀਂ ਰਿਹਾ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਾ ਲੱਭੇ ਆ ਜਿੰਨੇ ਝੂਠ ਸਾਡੇ ਆਲੇ ਦੁਆਲੇ ਇਕੱਠੇ ਕੀਤੇ ਆ ਨਾ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਾ ਲੱਭੇ ਕੀ ਹੋਇਆ ਕਿਉਂ ਹੋਇਆ ਆ ਮੋਟੀ ਜੀ ਇੱਕੋ ਛੋਟੀ ਜੀ ਗੱਲ ਵੇਖੋ ਮੋਟਾ ਜਾਂ ਨੁਕਤਾ ਕਿੰਨੀ ਕੌਮ ਹਾਲਾਂਕਿ ਵਰਲਡ ਪੱਧਰ ਦੇ ਉੱਤੇ ਪੂਰੇ ਸੰਸਾਰ ਪੱਧਰ ਦੇ ਉੱਤੇ ਇਸ ਨੂੰ ਉਸ ਤਰੀਕੇ ਨਾਲ ਦੇਖਣ ਦੀ ਲੋੜ ਹੈ ਪੂਰੀ ਦੁਨੀਆ ਭਾਰ ਵਿੱਚ ਸਿੱਖ ਕੌਮ ਰਹਿੰਦੀ ਹੈ ਦੁਨੀਆ ਭਾਰ ਵਿੱਚ ਰਹਿਣ ਵਾਲੀ ਸਿੱਖ ਕੌਮ ਨੂੰ ਕਿੱਦਾਂ ਉਲਝਾਇਆ ਕੋਈ 25 ਤੇ ਅੜਿਆ ਤੇ ਕੋਈ 5 ਤੇ ਕੋਈ 25 ਤੇ ਤੇ ਕੋਈ 5 ਤੇ ਅੱਛਾ ਧਿਆਨ ਨਾਲ ਦੇਖੋ ਇਹ ਵਦੀਆਂ ਸੁਦੀਆਂ ਵਾਲਾ ਜਿਹੜਾ ਕੈਲੰਡਰ ਹੈ ਉਹ ਤੇ ਤੁਹਾਡੇ ਇੱਥੇ ਲਾਗੂ ਹੈ। ਭਾਰਤ ਵਿੱਚ ਤਾਂ ਮੰਨਿਆ ਜਾਊਗਾ। ਇੱਥੇ ਇੱਥੇ ਕਿਉਂਕਿ ਵਦੀਆਂ ਸੁਦੀਆਂ ਮੰਨੀਆਂ ਜਾਂਦੀਆਂ ਜਿਹੜੀਆਂ ਚੰਦਰਮਾ ਨਾਲ ਸੰਬੰਧਿਤ ਹੈ। 15 ਦਿਨ ਹਨੇਰੇ ਦੇ ਤੇ 15 ਦਿਨ ਚਾਨਣ ਦੇ ਜਿਹੜਾ ਮੱਸਿਆ ਪੂਰਨ ਮਾਸੀ ਵਾਲਾ ਰੌਲਾ ਉਹ ਕੈਲੰਡਰ ਵਦੀ ਤੇ ਸੁਦੀ 15 ਦਿਨ ਵਦੀ ਤੇ 15 ਦਿਨ ਸੁਦੀ ਚਾਨਣਾ ਪੱਖ ਤੇ ਹਨੇਰਾ ਪੱਖ ਇੱਥੇ ਤਾਂ ਚੱਲੂਗਾ। ਤੇ ਜਿਹੜੇ ਦੁਨੀਆ ਭਰ ਚ ਤੁਹਾਡੇ ਸਿੱਖ ਰਹਿੰਦੇ ਉਹਨਾਂ ਨੂੰ ਕਿਵੇਂ ਚਲਾਓਗੇ ਉੱਥੇ ਉੱਥੇ ਵਦੀਆਂ ਸੁਦੀਆਂ ਵਾਲਾ ਕੈਲੰਡਰ ਚੱਲਦਾ ਉਹਨਾਂ ਸਰਕਾਰਾਂ ਨੂੰ ਬਾਹਰਲੇ ਲੋਕਾਂ ਨੂੰ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਤੁਹਾਡੇ ਨਾਲ ਖਲੋਣ ਨੂੰ ਤਿਆਰ ਹੈ ਜਿਹੜੇ ਤੁਹਾਨੂੰ ਇਹ ਕਹਿੰਦੇ ਆ ਕਿ ਤੁਸੀਂ ਦੱਸੋ ਤੁਹਾਡੇ ਗੁਰੂ ਸਾਹਿਬ ਦਾ ਗੁਰਪੁਰਬ ਕਦੋਂ ਅਸੀਂ ਛੁੱਟੀ ਕਦੋਂ ਕਰਨੀ ਕਿੰਨੂੰ ਪੁੱਛ ਕੇ ਦੱਸਿਆ ਜਾਏ ਕੀ ਇੱਕ ਤਰੀਕ ਫਿਕਸ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਨਾ 2018 ਦੇ ਵਿੱਚ ਪੋਸੂ ਦੀ 7 ਆ ਹੀ ਨਹੀਂ ਰਿਹਾ। ਉਡੀਕਣਾ ਪਊ ਨਾ ਕਦੋਂ ਬਹਾਮਣਾ ਹੁਣ ਜੰਤਰੀਆਂ ਬਣਾਉਂਦੇ ਆ ਕਦੋਂ ਉਹ ਤਰੀਕਾ ਸੈੱਟ ਕਰਦੇ ਆ ਫਿਰ ਅਸੀਂ ਐਲਾਨ ਕਰਾਂਗੇ ਵੀ ਹਾਂਜੀ ਪੋਸੂ ਦੀ 7ਵੀਂ ਇੱਥੇ ਬਣਾ ਲੋ ਹਣ। ਮੇਦੇ ਫੇਰਾਂਗੇ ਨਾ। ਅਸੀਂ ਆਪਣੇ ਤੌਰ ਤੇ ਕੋਈ ਵੀ ਗੱਲ ਆਪਣਾ ਦਿਮਾਗ ਵਰਤ ਕੇ ਪੜ ਕੇ ਸਮਝ ਕੇ ਵਿਚਾਰ ਕੇ ਆਪਣੇ ਤੌਰ ਤੇ ਅਸੀਂ ਖਲੋਣ ਨੂੰ ਹੀ ਤਿਆਰ ਨਹੀਂ ਹੁੰਦੇ ਜਿਹਦਰ ਨੂੰ ਕੋਈ ਲਈ ਜਾਂਦਾ ਅਸੀਂ ਤੁਰੇ ਜਾਂਦੇ ਆ। ਜਿਦੋਂ ਨੂੰ ਕੋਈ ਲਈ ਜਾਂਦਾ ਸੀ ਤੁਰੇ ਜਾਂਦੇ ਆ ਗੁਰੂ ਪਿਆਰਿਓ ਇਹਨਾਂ ਲੋਕਾਂ ਦੀਆਂ ਚਾਲਾਂ ਤੋਂ ਬਚਣ ਦੀ ਲੋੜ ਉਹ ਜੋ ਕੁਝ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਇਹਨਾਂ ਨੇ ਸ਼ੁਰੂ ਕੀਤਾ ਉਹਦੇ ਨਤੀਜੇ ਤੁਹਾਡੇ ਸਾਹਮਣੇ ਆਏ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਤੇ ਬਿਠਾਇਆ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਚਾਰ ਜੰਗਾਂ ਦਾ ਵੱਡਾ ਪਹਾੜ ਮੁਸ਼ਕਲ ਇੱਕ ਖੜੀ ਕੀਤੀ ਅੱਗੇ ਨੌਵੇਂ ਸਤਗੁਰੂ ਜੀ ਨੂੰ ਆਪਣਾ ਸਿਰ ਕਟਵਾਉਣਾ ਪਿਆ ਉਹਨਾਂ ਦੇ ਤਿੰਨ ਬਹੁਤ ਪਿਆਰੇ ਸਿੱਖਾਂ ਨੂੰ ਸਤਿਗੁਰੂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਜ਼ਲਾਦਾਂ ਨੇ ਕਿਸੇ ਨੂੰ ਚੀਰਿਆ ਤੇ ਕਿਸੇ ਨੂੰ ਦੇਗ ਚ ਉਬਾਲਿਆ ਤੇ ਕਿਸੇ ਨੂੰ ਰੂਮ ਵਿੱਚ ਲਪੇਟ ਕੇ ਪੈਰਾਂ ਵਾਲੇ ਪਾਸਿਓਂ ਜਿਉਂਦਿਆਂ ਅੱਗ ਲਾ ਦਿੱਤੀ ਇਹਨਾਂ ਨੇ ਘਟ ਨਹੀਂ ਕੀਤੀ ਦਸਵੇਂ ਪਾਤਸ਼ਾਹ ਜੀ ਦੇ ਸਾਹਮਣੇ 14 ਜੰਗਾਂ ਦਾ ਵੱਡਾ ਇੱਕ ਮਸਲਾ ਖੜਾ ਕੀਤਾ ਭਾਵੇਂ ਕਿ ਸਤਿਗੁਰੂ ਜਿੱਤੇ ਭਾਵੇਂ ਕਿ ਸਤਿਗੁਰੂ ਉਹਦੇ ਵਿੱਚੋਂ ਨਿਕਲੇ ਅੱਜ ਅਸੀਂ ਉਲਝ ਗਏ ਅੱਜ ਸਾਡੇ ਲੋਕਾਂ ਨੂੰ ਪੀਰ ਬੁੱਧੂ ਸ਼ਾਹ ਯਾਦ ਨਹੀਂ ਅੱਜ ਸਾਨੂੰ ਪੀਰ ਬੁੱਧੂ ਸ਼ਾਹ ਯਾਦ ਨਹੀਂ ਇਤਿਹਾਸ ਕਹਿੰਦਾ ਜਦੋਂ ਇੰਨੇ ਪੰਗਾਣੀ ਦੇ ਜੁੱਧ ਤੋਂ ਬਾਅਦ ਪੌਂਟਾ ਸਾਹਿਬ ਤੋਂ ਆ ਕੇ ਸਤਿਗੁਰੂ ਕੋਲੋਂ ਵਿਦਾਈ ਮੰਗੀ ਮਹਾਰਾਜ ਤੁਹਾਡੀ ਆਗਿਆ ਨਾਲ ਮੈਂ ਕੋਈ ਤੱਕਾ ਨਹੀਂ ਕਰਦਾ ਜ਼ਬਰਦਸਤੀ ਨਹੀਂ ਕਰਦਾ ਮੈਂ ਜਿੰਨੀ ਸੇਵਾ ਕਰ ਸਕਿਆ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਿਆਂ ਅੱਗੋਂ ਵੀ ਹਾਜ਼ਰ ਰਵਾਂਗਾ ਔਰ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੁਸੀਂ ਚਾਹੋ ਤੇ ਮੈਂ ਵਾਪਸ ਸਡੌਰੇ ਨੂੰ ਮੁੜ ਜਾਵਾਂ ਸਤਿਗੁਰੂ ਉੱਠੇ ਉੱਠ ਕੇ ਬਾਹੋਂ ਫੜ ਕੇ ਖਿੱਚ ਕੇ ਗਲ ਨਾਲ ਲਾ ਲਿਆ ਤੇ ਆਖਣ ਲੱਗੇ ਪੀਰ ਜੀ ਝਿਜਕਣ ਵਾਲੀ ਗੱਲ ਨਹੀਂ ਤੁਸੀਂ ਜੀ ਸਦਕੇ ਤੁਸੀਂ ਧਰਮ ਦਾ ਮਸਲਾ ਸਮਝ ਕੇ ਧਰਮ ਦੀ ਖਾਤਰ ਤੁਸੀਂ ਕੁਰਬਾਨੀਆਂ ਕੀਤੀਆਂ ਮੋਢੇ ਨਾਲ ਮੋਢਾ ਜੋੜਿਆ ਮਨੁੱਖਤਾ ਦੀ ਖਾਤਰ ਇਹ ਲੜਾਈ ਲੜਦਿਆਂ ਹੋਇਆਂ ਤੁਹਾਡੇ ਪੁੱਤਰ ਤੇ ਭਰਾ ਵੀ ਸ਼ਹੀਦੀਆਂ ਦਾ ਜਾਮ ਪੀ ਗਏ ਆ ਪੀਰ ਜੀ ਤੁਸੀਂ ਖੁਚੀ ਸਹਿਤ ਸਡੌਰੇ ਜਾ ਸਕਦੇ ਹੋ ਪਰ ਸਾਡੀ ਇੱਕ ਖੁਆਇਸ਼ ਹੈ ਅੱਜ ਇਥੋਂ ਤੁਰੰਤੋਂ ਪਹਿਲਾਂ ਜੇ ਤੁਹਾਡੀ ਕੋਈ ਉਮੀਦ ਹੋਵੇ ਤੁਹਾਡੀ ਕੋਈ ਮੰਗ ਹੋਵੇ ਤੁਹਾਡੀ ਕੋਈ ਇੱਛਾ ਹੋਵੇ ਤੁਹਾਡੇ ਮਨ ਚ ਕੋਈ ਸਵਾਲ ਹੋਵੇ ਤੁਸੀਂ ਜੀ ਸਦਕੇ ਖੁੱਲੇ ਦਿਲ ਨਾਲ ਕਹਿ ਸਕਦੇ ਹੋ ਅਰ ਜਿਵੇਂ ਪੀਰ ਬੁੱਧੂ ਸ਼ਾ ਪਿਆਰ ਨਾਲ ਸਤਿਗੁਰੂ ਦੇ ਪੈਰਾਂ ਵੱਲ ਝੁਕਣ ਲੱਗਿਆ ਸਤਿਗੁਰੂ ਨੇ ਫੇਰ ਮੋੜੇ ਤੋਂ ਫੜ ਕੇ ਗੱਲ ਨਾਲ ਲਾ ਲਿਆ ਆਖਣ ਲੱਗੇ ਨਹੀਂ ਪੀਰ ਜੀ ਇਦਾਂ ਨਹੀਂ ਹੱਥ ਜੋੜ ਲੈ ਸਿਰ ਝੁਕਾ ਲਿਆ ਆਖਣ ਲੱਗਾ ਸਤਿਗੁਰੂ ਕੋਝ ਨਹੀਂ ਚਾਹੀਦਾ ਮੈਂ ਰੱਜ ਗਿਆ ਮੈਂ ਖੁਸ਼ ਹਾਂ ਮੈਂ ਇੰਨਾ ਹੀ ਚਾਹੁੰਨਾ ਹਾਂ ਜੇ ਜਿੰਨੀ ਕ ਸੇਵਾ ਮੈਂ ਕਰ ਸਕਿਆ ਇਹਨੂੰ ਥਾਂ ਪ੍ਰਮਾਨ ਕਰ ਲਿਓ ਤੇ ਇੱਛਾ ਇੱਕ ਰੱਖਦਾ ਹਾਂ ਕਿ ਆ ਦਸਤਾਰ ਆ ਕੰਗਾ ਜਿਹੜਾ ਤੁਸੀਂ ਹੁਣੇ ਕਰ ਰਹੇ ਸੀ ਇਹ ਮੈਨੂੰ ਦੇ ਦਿਓ ਮੈਂ ਨਿਸ਼ਾਨੀ ਮੈਂ ਯਾਦ ਰੱਖਣੀ ਚਾਹੁੰਨਾ ਕਿ ਇਸ ਨਿਸ਼ਾਨੀ ਨੂੰ ਲੈਣ ਬਦਲੇ ਮੈਂ ਆਪਣਾ ਪਰਿਵਾਰ ਮੈਂ ਆਪਣੇ ਪਿਆਰੇ ਭਰਾ ਤੇ ਪੁੱਤਰ ਤੇ ਆਪਣੇ ਮুরিਦ ਸ਼ਹੀਦ ਕਰਵਾਏ ਹੈ ਮੈਂ ਤੁਹਾਡੀ ਯਾਦ ਤੁਹਾਡੀ ਨਿਸ਼ਾਨੀ ਆਪਣੇ ਕੋਲ ਰੱਖਣੀ ਹੈ ਸਤਿਗੁਰੂ ਨੇ ਉਹ ਕੰਗਾ ਵੀ ਦਸਤਾਰ ਚੋਂ ਅੱਧੀ ਦਸਤਾਰ ਇੱਕ ਸ੍ਰੀ ਸਾਹਿਬ ਇੱਕ ਕਾਗਜ਼ ਦੇ ਉੱਤੇ ਕੁਝ ਅੱਖਰ ਵੜਿਆਈ ਦੇ પાਕੇ ਤੇ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤੇ ਖੁਸ਼ੀ ਨਾਲ ਇਹਨੇ ਝੋਲੀ ਵਿੱਚ ਪਵਾਏ ਸਡੌਰੇ ਗਿਆ ਔਰ ਨਸੀਰਾ ਵੇਖਦਿਆਂ ਸਾਰ ਭੱਜ ਕੇ ਅੱਗੇ ਆਈ ਤੇ ਅੱਗੇ ਵਧਿਆਂ ਵਧਿਆਂ ਮਨ ਨੇ ਮੋਦ ਅੁਸ਼ਾਲਾ ਖਾਦਾ ਅੱਖਾਂ ਭਰ ਕੇ ਕਹਿੰਦੀ ਕਹਿੰਦੀ ਪੀਰ ਜੀ ਇਹ ਦੋ ਲਾਲ ਨਜ਼ਰ ਆਉਂਦੇ ਦੋ ਨਜ਼ਰ ਨਹੀਂ ਆਉਂਦੇ ਦੂਜੇ ਭਾਈ ਤੁਹਾਡੇ ਨਜ਼ਰ ਨਹੀਂ ਆਉਂਦੇ ਮੁਰੀਦ ਘਟ ਲੱਗਦੇ ਐ ਕਿੱਥੇ ਗਏ ਆਖਣ ਲੱਗਿਆ ਨਸੀਰਾਂ ਤੇਰੇ ਪੁੱਤਰਾਂ ਨੇ ਮੇਰਿਆਂ ਭਰਾਵਾਂ ਨੇ ਔਰ ਕੁਝ ਮਰੀਦਾਂ ਨੇ ਪੰਗਾਣੀ ਦੇ ਯੁੱਧ ਵਿੱਚ ਮੋਢੇ ਨਾਲ ਮੋਢਾ ਜੋੜਦੇ ਆਂ ਉਸ ਮਨੁੱਖਤਾ ਦੇ ਧਰਮ ਦੀ ਰਾਖੀ ਕਰਦੇ ਆਂ ਸ਼ਹੀਦੀਆਂ ਦੇ ਜਾਮ ਪੀ ਲਏ ਆ ਪੂਬਾਂ ਨਿਕਲ ਗਈਆਂ ਰੋਈ ਪੀਰ ਬੁੱਧੂ ਸ਼ਾਹ ਨੇ ਝਟ ਰਵਾਸ ਦਿੰਦੇ ਆ ਮੋਢੇ ਤੇ ਹੱਥ ਰੱਖ ਕੇ ਆਖਣ ਲੱਗਾ ਭਾਗਾ ਵਾਲੀਏ ਰੋਣਾ ਨਹੀਂ ਝੋਲੀ ਕਰ ਜਿਵੇਂ ਉਹਨੇ ਆਪਣੇ ਦੁਪट्टे ਦੀ ਇਦਾਂ ਝੋਲੀ ਬਣਾਈ ਰੋਂਦੀ ਹੋਈ ਨੇ ਝੋਲੀ ਬਣਾਈ ਇਹਨੇ ਉਹ ਸਾਰਾ ਕੁਝ ਕੰਗਾ ਦਸਤਾਰ ਸ੍ਰੀ ਸਾਹਿਬ ਉਹ ਸਾਰਾ ਕੁਝ ਝੋਲੀ ਵਿੱਚ ਰੱਖਿਆ ਆਖਣ ਲੱਗਾ ਦੇਖ ਆ ਸਤਿਗੁਰੂ ਦੀਆਂ ਬਖਸ਼ਿਸ਼ਾਂ ਮਿਲੀਆਂ ਨੇ ਅੱਜ ਉਹਨੇ ਮੈਨੂੰ ਗਲ ਨਾਲ ਲਾਇਆ ਅੱਜ ਉਹ ਬੜੇ ਪਿਆਰ ਨਾਲ ਮੈਂ ਝੁਕਦਾ ਸੀ ਉਹ ਮੈਨੂੰ ਝੁਕਣ ਨਹੀਂ ਸੀ ਦਿੰਦਾ ਉਹਨੇ ਮੈਨੂੰ ਗੜ ਨਾਲ ਲਾਇਆ ਨਸੀਰਾ ਸੱਚੀ ਗੱਲ ਦੱਸਾਂ ਪ੍ਰੀਤਮ ਸਿੰਘ ਕਾਸਤ ਲਿਖਦਾ ਕਹਿੰਦਾ ਸੱਚੀ ਗੱਲ ਦੱਸਾਂ ਮੇਰੇ ਕਰਮ ਇਤਨਾ ਜ਼ੋਰ ਕਰ ਗਏ ਕਿ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ ਆ ਦਸਤਾਰ ਦਿੱਤੀ ਉਹਨੇ ਆਪਣੀ ਦਸਤਾਰ ਨਸੀਰਾ ਇੱਕਦਮ ਸੰਭਲ ਗਈ ਮੋਰ ਰੁਕ ਗਿਆ ਛਲਣੀ ਹੋ ਗਿਆ ਔਰ ਆਖਣ ਲੱਗੀ ਜੇ ਦੋ ਪੁੱਤਰ ਸ਼ਹੀਦ ਕਰਾਇਆ ਐ ਏਡੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਤੇ ਆ ਦੋ ਕਾਂ ਨੂੰ ਲੈ ਕੇ ਆਇਆ ਜੇ ਗੋਬਿੰਦ ਸਿੰਘ ਯਾਰ ਬਣ ਗਿਆ ਜੇ ਏਡੀ ਵੱਡੀ ਸਾਂਝ ਪੈਦਾ ਹੋ ਗਈ ਐ ਤੇ ਆ ਵੀ ਉਥੇ ਲੇਖੇ ਲਾ ਦੇਣੇ ਸੀ ਏਸੀ ਸਤਿਗੁਰੂ ਦੀਆਂ ਬਖਸ਼ਿਸ਼ਾਂ ਇਸੀ ਸਤਗੁਰੂ ਦਾ ਪਿਆਰ ਏਸੀ ਮੁਹੱਬਤ ਤੇ ਮੈਂ ਬੇਨਤੀ ਕਰ ਰਿਆਂ ਅਸੀਂ ਪੀਰ ਬੁੱਧੂ ਸ਼ਾਹ ਤਾਂ ਭੁੱਲੀ ਗਏ ਆ ਸਾਡੇ ਆਲੇ ਦੁਆਲੇ ਇਹ ਲੱਖਾਂ ਦਾ ਪੀਰ ਐ ਇਹ ਫਲਾਨਾ ਪੀਰ ਐ ਗਾਲੜ ਸ਼ਾਹ ਪੀਰ ਐ ਫਲਾਨਾ ਰੋਡਾ ਪੀਰ ਐ ਪਤਾ ਨਹੀਂ ਕਿਹੜੇ ਕਿਹੜੇ ਪੀਰ ਸਾਡੇ ਆਲੇ ਦੁਆਲੇ ਲੱਦ ਛੱਡੇ ਅਸੀਂ ਗਨੀਖਾ ਨਵੀਖਾ ਸਾਨੂੰ ਭੁੱਲ ਗਿਆ ਉਹ ਅਸੀਂ ਚੇਤਾ ਭੁਲਾ ਦਿੱਤਾ ਛੋਟੇ ਸਾਹਿਬ ਜਾਦੇ ਵਜ਼ੀਰ ਖਾਨ ਦੀ ਕਚਹਿਰੀ ਚ ਕਿੰਨੀ ਚੜ੍ਹਦੀ ਕਲਾ ਉਮਰ ਕਿੰਨੀ ਹੈ ਗੁਰੂ ਪਿਆਰਿਓ ਇਤਿਹਾਸ ਦੇ ਮੁਤਾਬਕ ਥੋੜਾ ਬਹੁਤਾ ਲਿਖਣ ਵਾਲਿਆਂ ਦੇ ਵਿੱਚ ਕੋਈ મત ਭੇਦ ਅੱਗਾ ਪਿੱਛਾ ਹੋ ਸਕਦਾ ਹੈ 7 ਤੇ 9 ਸਾਲ 7 ਤੇ 9 ਸਾਲ ਆਪਣੇ ਘਰੇ ਨਜ਼ਰ ਮਾਰ ਕੇ ਦੇਖਿਓ 7 ਤੇ 9 ਸਾਲ ਦੇ ਬੱਚਿਆਂ ਵਾਲਾ ਆਪਣੇ ਘਰੇ 7 ਤੇ 9 ਸਾਲ ਦੇ ਬੱਚੇ ਨੂੰ ਦੁਕਾਨ ਤੋਂ ਸੌਦਾ ਲੈਣ ਨਹੀਂ ਭੇਜਦੇ ਕਿਸੇ ਗਵਾਂਢ ਦੇ ਘਰ ਆਪਣੇ ਭੈਣ ਭਾ ਭਰਾ ਦੇ ਘਰ ਕਿਸੇ ਦੇ ਘਰ ਸੁਨੇਹਾ ਦੇਣਾ ਹੋਵੇ ਵੀ ਆ ਜਾ ਕੇ ਸੁਨੇਹਾ ਦੇ ਆ 7 ਤੇ 9 ਸਾਲ ਦੇ ਤੇ ਵਿਸ਼ਵਾਸ ਨਹੀਂ ਕਰਦੇ ਵੀ ਇਹ ਕੀ ਪਤਾ ਕੀ ਜਾ ਕੇ ਦੱਸੂਗਾ 7 ਤੇ 9 ਸਾਲ 7 ਤੇ 9 ਸਾਲ ਦੇ ਨੂੰ ਘਰ ਦੀ ਰਾਖੀ ਬਿਠਾ ਕੇ ਜਾਓਗੇ ਦੱਸਿਓ ਪਿਆਰਿਓ 7 ਤੇ 9 ਸਾਲ ਦੇ ਨੂੰ ਘਰ ਦੀ ਰਾਖੀ ਬਿਠਾਓਗੇ ਕੀ ਬਾਤ ਹੈ 7 ਤੇ 9 ਸਾਲ ਦੀ ਉਮਰ وزیرਖਾਨ ਦੀ ਕਚਹਿਰੀ ਜਿੱਥੇ ਜਿੱਥੇ ਕੋਈ ਵੀ ਆਪਣਾ ਨਹੀਂ ਸਾਰੇ ਬੇਗਾਨੇ ਆ ਔਰ ਇੱਕ ਗੱਲ ਦਾ ਚੇਤਾ ਰੱਖਿਓ ਬੇਗਾਨੇ ਹੀ ਨਹੀਂ ਸਾਰਿਆਂ ਦੀ ਨਜ਼ਰ ਵਿੱਚੋਂ ਕੈਰ ਵਰਸਦਾ ਹੈ ਜ਼ਹਿਰ ਵਰਸਦਾ ਹੈ ਕੋਈ ਹਾਮੀ ਭਰਨ ਵਾਲਾ ਵੀ ਨਹੀਂ ਸਿਵਾਏ ਸ਼ੇਰ ਮੁਹੰਮਦ ਖਾਨ ਤੋਂ ਸਾਰੇ ਇੱਕੇ ਇਛਿਆ ਦੇ ਆ ਸਾਰਿਆਂ ਦਾ ਮਨਸੂਬਾ ਇੱਕ ਹੈ ਸਾਰੇ ਇੱਕੇ ਤਰ੍ਹਾਂ ਸੋਚਦੇ ਆ ਇੰਜ ਕਹਿ ਲਓ ਬੰਦਿਆਂ ਦੀ ਕਚਹਿਰੀ ਨਹੀਂ ਮੌਤ ਦੀ ਕਚਹਿਰੀ ਲੱਗੀ ਹੋਈ ਆ ਤੇ ਉਹਨਾਂ ਦੇ ਜਾਣ ਦਾ ਤਰੀਕਾ ਕਿੱਦਾਂ ਗਏ ਡਰ ਕੇ ਝੁਕ ਕੇ ਤਰਬਕ ਕੇ ਨਹੀਂ ਪਹਿਲਾ ਸਬੂਤ ਸੀ ਕਚਹਿਰੀ ਵਿੱਚ ਜਾਂਦਿਆਂ ਗੱਜ ਕੇ ਉਹਨਾਂ ਨੇ ਫਤਿਹ ਬੁਲਾਈ ਤੇ ਗੁਰੂ ਘਰ ਦਾ ਸਬੂਤ ਦਿੱਤਾ ਵੀ ਮਾੜੀ ਮੋਟੀ ਗੱਲ ਨਹੀਂ ਐਵੇਂ ਨਿਆਣੇ ਵੇਖ ਕੇ ਬੱਚੇ ਸਮਝ ਕੇ ਇਹੋ ਜੀਆਂ ਗੱਲਾਂ ਦੇ ਵਿੱਚ ਨਾ ਉਲਝਾਈਂ ਤੇ ਪਹਿਲਾ ਸਬੂਤ ਸੀ ਅਸੀਂ ਤਾਂ ਸਭ ਕੁਝ ਭੁੱਲਦੇ ਜਾ ਰਹੇ ਹਾਂ ਅਸੀਂ ਕਹਾਣੀਆਂ ਤੱਕ ਸੀਮਤ ਰਹਿ ਗਏ ਸਹਬਜ਼ਾਦਿਆਂ ਨੇ ਵਜ਼ੀਰ ਖਾਂ ਦੀ ਕਚਹਿਰੀ 'ਚ ਜਾ ਕੇ ਗੱਜ ਕੇ ਫਤਿਹ ਬੁਲਾਈ ਤੇ ਆਪਾਂ ਘਰੇ ਕੀ ਕਰ ਰਹੇ ਹੁਣ ਨਿੱਕਾ ਜਿਹਾ ਨਿਆਣਾ ਚੁੱਕਿਆ ਹੁੰਦਾ ਘਰੇ ਮੰਨ ਲਓ ਧੀ ਆਈ ਹੈ ਜਾਂ ਨੂੰਹ ਨੇ ਪੇਕਿਆਂ ਨੂੰ ਜਾਣਾ ਨੂੰ ਪੁੱਤ ਦੋਵੇਂ ਤਿਆਰ ਐ ਜਾਂ ਧੀ ਘਰੇ ਆਈ ਐ ਛੋਟਾ ਜਿਹਾ ਬੱਚਾ ਆ ਨਾਨੇ ਨਾਨੀ ਨੇ ਚੁੱਕਿਆ ਮਾਮੇ ਨੇ ਚੱਕਿਆ ਮਾਮੀ ਨੇ ਚੱਕਿਆ ਹੋਇਆ ਉਹਨਾਂ ਨੇ ਵਾਪਸ ਜਾਣਾ ਅਸੀਂ ਪਤਾ ਪਿੰਡ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਦਾ ਪਿੰਡਾਂ 'ਚ ਵੀ ਇਹੀ ਹਾਲ ਹੈ ਉੱਥੇ ਭਾਵੇਂ ਕਿਸੇ ਨੂੰ ਪੰਜਾਬੀ ਵੀ ਚੱਜਣਾ ਨਾ ਬੋਲਣੀ ਆਉਂਦੀ ਹੋਵੇ ਲਿਖਣ ਦੀ ਗੱਲ ਤਾਂ ਬਾਅਦ ਦੀ ਹੈ ਭਾਵੇਂ ਬੋਲਣੀ ਵੀ ਚੱਜਣਾ ਨਾ ਆਉਂਦੀ ਹੋਵੇ ਉਹ ਨਿਆਣੇ ਨੂੰ ਚੁੱਕ ਕੇ ਨਾ ਮਾਈਆਂ ਤੂੰ ਟਾਟਾ ਕਰ ਉਹ ਸੱਤ ਸਮੁੰਦਰੋਂ ਪਾਰ ਦੀ ਬੋਲੀ ਟਾਟਾ ਤੈਨੂੰ ਕੀ ਪਤਾ ਭਾਈ ਟਾਟਾ ਕੀ ਹੈ ਹੁਣ 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 ਹੋਰ ਗਾਂ ਲੰਘੇ ਬਾਏ ਬਾਏ ਉਹਦਾ ਨਿੱਕਾ ਜਿਹਾ ਹੱਥ ਫੜਨ ਕੇ ਬਾਏ ਬਾਏ ਕਰ ਤੂੰ ਫਤੇ ਕੌਣ ਸਿਖਾਏਗਾ ਇਹ ਸਿਰਫ ਸਹਿਬਜ਼ਾਦਿਆਂ ਤੱਕ ਤੇ ਸਾਡੇ ਗੁਰਦੁਆਰਿਆਂ ਤੱਕ ਸੀਮਤ ਰਹਿ ਜਾਊਗੀ। ਇਥੋਂ ਤੱਕ ਸੀਮਤ ਰਹਿ ਜਾਊ। ਕਈ ਵਾਰ ਫੋਨ ਤੇ ਜਦੋਂ ਕੋਈ ਵੀਰ ਭੈਣ ਕਈ ਵਾਰੀ ਫੋਨ ਕਰਦੇ ਗੱਲਬਾਤ ਕਰਦੇ ਨਾ ਉਹਨਾਂ ਨੂੰ ਫਤਿਹ ਬੁਲਾ ਦੋ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੈ। ਕੀ ਬੁਲਾਉਣਾ? ਉਹ ਕੋਈ ਕਹਿੰਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ। ਅਸੀਂ ਉਹ ਵੀ ਨਹੀਂ ਗੁਰਦੁਆਰੇ ਵੇਖਿਓ ਸਾਡੇ ਨਾਲ ਤਾਂ ਰੋਜ਼ ਵਾਪਰਦੀ ਐ ਭਾਈ ਖਲੋਤਾ ਹੋਵੇ ਉਹਨੂੰ ਕਹਿਣਗੇ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਫਤਿਹ ਕੋਈ ਆਪ ਦਾ ਜਾਣ ਪਛਾਣ ਵਾਲਾ ਸ਼ਹਿਰ ਚੋਂ ਪਿੰਡ ਚੋਂ ਖਲੋਤਾ ਨੂੰ ਕਹੇ ਸਾਸਿ ਗੱਲ ਜੀ ਉਹਨੂੰ ਫਤਿਹ ਕਿਉਂ ਨਹੀਂ ਉਹਨੂੰ ਪਛਦੀ ਨਹੀਂ ਤੁਹਾਡਾ ਟਾਈਮ ਅੱਗੇ ਜਾ ਰਿਹਾ ਮੈਂ ਸਮਾਪਤੀ ਵੱਲ ਵਧਾਂ ਮੈਂ ਅਖੀਰ ਤੇ ਇੰਨੀ ਬੇਨਤੀ ਕਰਦਾ ਵਜ਼ੀਰ ਖਾਂ ਆਪਣੇ ਥਾਂ ਤੇ ਬਹੁਤ ਕੁਝ ਕਰਨਾ ਚਾਹੁੰਦਾ ਹੈ ਸਹਬਜ਼ਾਦੇ ਸਾਹਮਣੇ ਹੈ ਕਈ ਦਿਨਾਂ ਦੇ ਭੁੱਖੇ ਵੀ ਹੈ ਠੰਡ ਦੇ ਸਤਾਏ ਵੀ ਹੈ ਬੜੇ ਰਾਤ ਦੇ ਉਹ ਨਿੰਦਰੇ ਵੀ ਚੱਲ ਲਿਆ ਸੌਣਾ ਵੀ ਅੱਜ ਨਾਲ ਨਸੀਬ ਨਹੀਂ ਹੋਇਆ ਅਰਦੁਨਾ ਸਿੰਘ ਹਿੰਡੂਰੀਆ ਬਾਰ ਸਟਾਲ ਲੱਗਿਆ ਤੁਸੀਂ ਪਿਆਰਾ ਸਿੰਘ ਪਦਮਹੌਰਾਂ ਦੀ ਚਾਰ ਸਹਿਬਜ਼ਾਦੇ ਕਿਤਾਬ ਲੈ ਕੇ ਵੇਖਿਓ ਦੁੰਨਾ ਸਿੰਘ ਹੰਡੂਰੀਆ ਜਿਹੜਾ ਗੁਰੂ ਸਾਹਿਬ ਦਾ ਨਾਲ-ਨਾਲ ਵਾਕਿਆਤ ਨੂੰ ਲਿਖਣ ਵਾਲਾ ਹੈ ਗੁਰੂ ਸਾਹਿਬ ਨੇ ਉਹਨੂੰ ਹੁਕਮ ਕੀਤਾ ਸੀ ਤੂੰ ਇਸ ਲਸ਼ਕਰ ਦੇ ਵਿੱਚ ਨਹੀਂ ਵੜਨਾ ਪਾਸੇ-ਪਾਸੇ ਰਹਿ ਕੇ ਜੋ ਹੋਵੇ ਉਹ ਨੋਟ ਕਰਦਾ ਰਹੀਂ ਦੁੰਨਾ ਸਿੰਘ ਹੰਡੂਰੀਆ ਮਾਤਾ ਜੀ ਔਰ ਛੋਟੇ ਸਹਿਬਜ਼ਾਦਿਆਂ ਦੇ ਨਾਲ ਉਹ ਚਮਕੌਰ ਸਾਹਿਬ ਤੱਕ ਜਾਂਦਾ ਆ ਔਰ ਉਹਨੇ ਲਿਖਿਆ ਕਹਿੰਦਾ ਜਦੋਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਜਦੋਂ ਗ੍ਰਿਫਤਾਰ ਕੀਤਾ ਜ਼ੁਬਾਨ ਨਹੀਂ ਸਾਥ ਦਿੰਦੀ ਉਹ ਕਹਿੰਦਾ ਹੈ ਸਹਿਬਜ਼ਾਦਿਆਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਇਹਨਾਂ ਨੇ ਉਮਰ 7 ਤੇ 9 ਸਾਲ ਦੀ ਸੀ ਉਹ ਕਹਿੰਦਾ ਬੋਰਿਆਂ 'ਚ ਵੀ ਪਾਇਆ ਅੱਗੇ ਜਾ ਕੇ ਕਹਿੰਦਾ ਸਰਹੰਦਲ ਜਾ ਕੇ ਪਿੱਪਲ ਦੇ ਨਾਲ ਬੰਨ ਕੇ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਜਿਹੜਾ ਉਹਨਾਂ ਦਾ ਇਤਿਹਾਸ ਸਰੰਦਵਾਲਾ ਤੁਸੀਂ ਪੜੋਗੇ ਉੱਥੇ ਮਿਲੇਗਾ ਬਾਬਾ ਬੰਦਾ ਸਿੰਘ ਨੇ ਵੀ ਇਹ ਕਿਹਾ ਸੀ ਜਿਹੜੇ ਪਿੱਪਲ ਥੱਲੇ ਖਲੋ ਜਾਣਗੇ ਵੱਜਣਗੇ ਬਾਕੀ ਨਹੀਂ ਮੈਂ ਛੱਡਣੇ ਇਹ ਉਹੀ ਪਿੱਪਲ ਸੀ ਪਿੱਪਲ ਨਾਲ ਬੰਨ ਕੇ ਸਹਿਬਜ਼ਾਦਿਆਂ ਨੂੰ ਗਲੇਲਾਂ ਦੇ ਰੋੜੇ ਮਾਰੇ ਕਚੈਰੀ 'ਚ ਪੇਸ਼ੀਆਂ ਹੋਈਆਂ ਡਰਾਵੇ ਤਮਕੀਆਂ ਲਾਲਚ ਬਹੁਤ ਕੁਝ ਵਾਪਰਿਆ ਸੁਚਾਨੰਦ ਜਦੋਂ ਮਲੇਰਕੋਟਲੇ ਵਾਲੇ ਨਵਾਬ ਨੇ ਹਾਂ ਦਾ ਨਾਹਰਾ ਮਾਰਿਆ ਵੀ ਜੇ ਮੇਰੇ ਭਰਾ ਗੁਰੂ ਘਰ ਨੇ ਕਤਲ ਕੀਤੇ ਐ ਤੇ ਜੰਗੇ ਮੈਦਾਨ ਚ ਕੀਤੇ ਐ ਮੈਂ ਮੈਦਾਨ ਵਿੱਚ ਇਹਨਾਂ ਦੇ ਪਿਓ ਕੋਲੋਂ ਹੀ ਬਦਲਾ ਲਵਾਂਗਾ ਮੈਂ ਇਹਨਾਂ ਬੱਚਿਆਂ ਦੇ ਉੱਤੇ ਜ਼ੁਲਮ ਕਰਨ ਨੂੰ ਤਿਆਰ ਨਹੀਂ ਨਾ ਮੈਂ ਇਹਦੇ ਹਾਮੀ ਭਰਦਾ ਆ ਕਿ ਤੁਸੀਂ ਜ਼ੁਲਮ ਕਰੋ ਇਹ ਬੱਚੇ ਛੋਟੇ ਐ ਇਹਨਾਂ ਨੂੰ ਛੱਡ ਦਿਓ ਵਜ਼ੀਰ ਖਾਂ ਤੁਸੀਂ ਉਹ ਫਿਲਮ ਵੀ ਦੇਖੀ ਹੋਏਗੀ ਵਜ਼ੀਰ ਖਾਂ ਥੋੜੀ ਦੇਰ ਲਈ ਸ਼ਾਂਤ ਹੋਇਆ ਸੀ ਵਜ਼ੀਰ ਖਾਨ ਸ਼ਾਂਤ ਹੋਇਆ ਸੀ ਤੁਸੀਂ ਉਹ ਫਿਲਮ ਨੂੰ ਦੁਬਾਰਾ ਦੇਖਿਓ ਫਿਲਮ ਦੇ ਦ੍ਰਿਸ਼ ਨੂੰ ਦੇਖਿਓ ਸੁਚਾਨੰਦ ਮੌਕਾ ਤਾੜ ਕੇ ਝਾਟੀ ਨੇੜੇ ਹੋ ਗਿਆ ਸੀ ਤੇ ਆਖਣ ਲੱਗਾ ਸੀ ਹਜ਼ੂਰ ਇਹ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਐ ਸੁਚਾਨੰਦ ਨੇ ਆਖਿਆ ਸੀ ਹਜ਼ੂਰ ਇਹ ਸੱਪ ਦੇ ਸਪੋਲੀਏ ਐ ਇਹ ਸੁਚਾਨੰਦ ਦੇ ਬੋਲ ਸੀ ਅਖੀਰ ਸਜ਼ਾ ਹੋਈ ਨੀਆਂ 'ਚ ਚਿਣਨ ਦਾ ਹੁਕਮ ਹੋਇਆ। ਸਹਿਬਜ਼ਾਦੇ ਨੀਆਂ 'ਚ ਚਿਣੇ ਗਏ। ਦਾਦੀ ਮਾਂ ਠੰਡੇ ਬੁਰਜ ਵਿੱਚ ਇਹ ਸਾਰੇ ਦ੍ਰਿਸ਼ ਨੂੰ ਤੱਕਦੀ ਹੋਈ ਅਕਾਲ ਪੁਰਖ ਦੇ ਚਰਨਾਂ ਵਿੱਚ ਚਲੇ ਗਈ। আর ਅਖੀਰ ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਚਾਰੇ ਸਹਿਬਜ਼ਾਦਿਆਂ ਦੀ ਸ਼ਹੀਦੀ ਉਹਨਾਂ ਸੈਂਕੜੇ ਗੁਰੂ ਕੇ ਸੂਰਬੀਰ ਬਹਾਦਰਾਂ ਯੋਧਿਆਂ ਦੀ ਆਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ ਤੱਕ ਇਸ ਸਾਰੀ ਸ਼ਹਾਦਤ ਦੀ ਇਤਿਹਾਸਿਕ ਵਾਰਤਾ ਲਾਪ ਨੂੰ ਤੁਸੀਂ ਪੜਦੇ ਜਾਓ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਇਹ ਸਵਾਲ ਹੋਇਆ ਸੀ ਸਤਿਗੁਰੂ ਨੇ ਉਹਦਾ ਜਿਹੜਾ ਉੱਤਰ ਦਿੱਤਾ ਸੀ ਉਸ ਉੱਤਰ ਨੂੰ ਆਪਣੇ ਹਿਰਦਿਆਂ ਚ ਵਸਾ ਕੇ ਲੈ ਕੇ ਜਾਓ ਗੁਰੂ ਮੰਗਦਾ ਨਹੀਂ ਗੁਰੂ ਮੰਗਦਾ ਨਹੀਂ ਕਿ ਮੈਂ ਦਿੱਤਾ ਸੀ ਤੇ ਮੈਨੂੰ ਵਾਪਸ ਦੇ ਦਿਓ ਗੁਰੂ ਮੰਗਦਾ ਨਹੀਂ ਪਰ ਇਨਾਂ ਕ ਜ਼ਰੂਰ ਹੈ ਜੇ ਗੁਰੂ ਸਾਹਿਬ ਨੇ ਸਾਡੇ ਤੋਂ ਆਪਣੇ ਚਾਰੇ ਲਾਲ ਹੋਣ ਹਾਰ ਸੂਰਬੀਰ ਵਿਦਵਾਨ ਸੋਹਣੇ ਦੂਰ ਅੰਦੇਸ਼ ਪੁੱਤ ਸਾਡੇ ਤੋਂ ਕੁਰਬਾਨ ਕੀਤੇ ਆ ਨਾ ਨਲੈਕਾਂ ਤੋਂ ਸਾਡੇ ਨਲੈਕਾਂ ਤੋਂ ਗੁਰੂ ਮੰਗਦਾ ਤੇ ਨਹੀਂ ਪਰ ਇੰਨਾ ਕ ਜ਼ਰੂਰ ਹੈ ਗੁਰੂ ਇੱਛਾ ਜ਼ਰੂਰ ਰੱਖਦਾ ਹੈ ਮੈਨੂੰ ਚਾਹੀਦੇ ਨਹੀਂ ਪਰ ਇੱਛਾ ਇੰਨੀ ਕ ਜ਼ਰੂਰ ਗੁਰੂ ਰੱਖਦਾ ਹੈ ਜਿਹੜੇ ਤੁਹਾਡੀ ਝੋਲੀ ਚ ਪਾਏ ਸੀ ਜਿਨ੍ਹਾਂ ਦੀ ਬਾਹ ਤੁਹਾਨੂੰ ਫੜਾਈ ਸੀ ਉਹ ਮੈਨੂੰ ਵਿਖਾਜ ਜ਼ਰੂਰ ਦਿਓ ਉਹ ਵਿਖਾਜ ਜ਼ਰੂਰ ਦਿਓ ਆਪਣੇ ਬੱਚਿਆਂ ਵੱਲ ਆਪਣੀਆਂ ਬੱਚੀਆਂ ਵੱਲ ਆਪਣੇ ਪਰਿਵਾਰਾਂ ਵੱਲ ਜ਼ਰੂਰ ਨਜ਼ਰ ਮਾਰਿਓ ਕਿ ਅਸੀਂ ਉਸ ਸਵਾਲ ਤੇ ਖਰੇ ਉੱਤਰਦੇ ਹਾਂ ਉਸ ਮਾਨ ਤੇ ਖਰੇ ਉੱਤਰਦੇ ਹਾਂ ਜੇ ਨਹੀਂ ਉੱਤਰਦੇ ਤੇ ਕਿਵੇਂ ਉੱਤਰ ਸਕਦੇ ਆ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅੱਖ ਵਿੱਚ ਅੱਖ ਪਾ ਕੇ ਮਾਤਾ ਗੁਜਰ ਕੌਰ ਜੀ ਦੇ ਸਾਹਮਣੇ ਜਾ ਕੇ ਮੂੰਹ ਸਾਹਮਣੇ ਕਰਕੇ ਗੱਲ ਕਰਨ ਦੇ ਸਮਰੱਥ ਅਸੀਂ ਕਦੋਂ ਹੋਵਾਂਗੇ ਉਹ ਸਵਾਲ ਬੜਾ ਕਮਾਲ ਦਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਬੋਲਿਓ ਤੁਸੀਂ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤਾਂ ਕਿਆ ਭਇਆ ਜੀਵਤ ਉਹ ਕਈ ਹਜ਼ਾਰ ਕੌਣ ਹੈ ਕਿੱਥੇ ਹੈ ਬਸ ਇੰਨਾ ਕੁ ਜ਼ਰੂਰ ਚੇਤੇ ਰੱਖਿਓ ਸਹਿਬਜ਼ਾਦੇ ਦੋ ਗੰਗੂ ਇੱਕ ਸਹਿਬਜ਼ਾਦੇ ਦੋ ਗੰਗੂ ਇੱਕ ਜੀਵਤ ਕਈ ਹਜ਼ਾਰ ਇਹ ਸਭ ਧੀਆਂ ਪੁੱਤਰ ਗੁਰੂ ਦੇ ਆ ਤੇ ਕਈ ਹਜ਼ਾਰ ਹੈ ਅੰਦਾਜ਼ਾ ਲਾਇਓ ਗੰਗੂ ਵੀ ਕਿੰਨੇ ਹੋ ਗਏ ਹੋਣਗੇ ਗਿਣਤੀ ਗੰਗੂਆਂ ਦੀ ਵੀ ਵਧ ਗਈ ਹੋਣੀ ਆ ਔਰ ਹਰ ਗਲੀ ਹਰ ਮੋੜ ਹਰ ਮੁਹੱਲੇ ਹਰ ਸੜਕ ਤੇ ਹਰ ਥਾਂ ਤੇ ਹਰ ਚ ਰਸਤੇ ਚ ਗੰਗੂ ਕਿਤੇ ਨਾ ਕਿਤੇ ਕੋਈ ਨਾ ਕੋਈ ਪੇਸ ਵਟਾ ਕੇ ਖੜਾ ਆ ਗੰਗੂ ਇੱਕ ਵਾਰੀ ਧੋਖਾ ਕਰੇ ਦੋ ਵਾਰੀ ਕਰੇ ਤਿੰਨ ਵਾਰੀ ਕਰੇ ਚਾਰ ਵਾਰੀ ਕਰੇ 10 ਵਾਰੀ ਕਰੇ ਗੰਗੂ ਨੇ ਧੋਖਾ ਬਾਰ-ਬਾਰ ਕੀਤਾ ਆ ਰੂਪ ਬਦਲ ਕੇ ਕੀਤਾ ਸ਼ਕਲ ਬਦਲ ਕੇ ਕੀਤਾ ਲਿਬਾਸ ਬਦਲ ਕੇ ਕੀਤਾ ਹੁਣ ਸੰਭਲ ਜਾਓ ਇੱਕ ਵਾਰੀ ਧੋਖਾ ਹੋ ਜਾਏ ਕੋਈ ਗੱਲ ਨਹੀਂ ਦੋ ਵਾਰੀ ਹੋ ਜਾਏ ਕੋਈ ਗੱਲ ਨਹੀਂ ਪਰ ਹਰ ਵਾਰ ਉਸੇ ਹੀ ਬੰਦੇ ਕੋਲੋਂ ਧੋਖਾ ਖਾਈ ਜਾਣਾ ਇਹਨੂੰ ਸਿਆਣਪ ਨਹੀਂ ਮੰਨਿਆ ਜਾਏਗਾ ਇਹਨੂੰ ਸਿਆਣਪ ਨਹੀਂ ਮੰਨਿਆ ਜਾਏਗਾ ਗੰਗੂ ਰੂਪ ਧਾਰ ਕੇ ਭੇਸ ਬਟਾ ਕੇ ਗੰਗੂ ਤੌਰ ਤਰੀਕੇ ਬਦਲ ਕੇ ਬੋਧੀ ਦੀ ਜਗ੍ਹਾ ਤੇ ਜੁੜਾ ਕਰਕੇ ਉਹ ਤੋਤੀ ਦੀ ਜਗ੍ਹਾ ਤੇ ਕਸ਼ਹਿਰਾ ਪਾ ਕੇ ਵੀ ਖਲੋ ਸਕਦਾ ਹੈ। ਪਰ ਖਲੋਤਾ ਨਜ਼ਰ ਆਉਂਦਾ ਹੈ। ਪਰ ਅਸੀਂ ਅੱਖ ਨਹੀਂ ਪੈਦਾ ਕਰ ਰਹੇ, ਅਸੀਂ ਪਛਾਣ ਨਹੀਂ ਪੈਦਾ ਕਰ ਰਹੇ। ਗੰਗੂ ਸਾਨੂੰ ਲੁਝਾਈ ਤੁਰਿਆ ਜਾਂਦਾ ਹੈ। ਗੰਗੂ ਸਾਨੂੰ ਲਗਾਤਾਰ ਕੋਰਾਏ ਪਾਈ ਤੁਰਿਆ ਜਾ ਰਿਹਾ ਹੈ। ਗੰਗੂ ਸਾਨੂੰ ਗਲ ਬਕੜੀਆਂ ਪਾ ਕੇ ਸਾਨੂੰ ਉਂਗਲੇ ਲਾ ਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਨੌ ਮਾਸ ਦੇ ਰਿਸ਼ਤੇ ਸੁਣਾ ਕੇ ਪਤਾ ਨਹੀਂ ਕੀ ਕੁਝ ਹੋਰ ਪਨਾਹ ਬਣਾ ਕੇ ਸਾਨੂੰ ਲਗਾਤਾਰ ਟੋਰੀ ਤੁਰਿਆ ਜਾ ਰਿਹਾ ਹੈ। ਔਰ ਸਾਡੇ ਵਿੱਚੋਂ ਹੀ ਬਹੁਤ ਸਾਰੇ ਵੀਰ ਭੈਣਾ ਉਹਦੇ ਜਾਲ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਫਸ ਗਿਆ ਉਹਦੇ ਕੋਈ ਤਰੀਕੇ ਬੜੇ ਐ ਨਗਾਂ ਵਾਲੀਆਂ ਮੁੰਦਰੀਆਂ ਪਵਾ ਦਿੰਦਾ ਧਾਗਿਆਂ ਤਵੀਤਾਂ ਚ ਲਾ ਦਿੰਦਾ ਉਹ ਛਿੱਕ ਦੇ ਭਰਮ ਚ ਪਾ ਦਿੰਦਾ ਬਿੱਲੀ ਵਾਲੇ ਭਰਮ ਚ ਪਾ ਦਿੰਦਾ ਉਹ ਟੂਣੀਆਂ ਵਾਲੇ ਭਰਮ ਚ ਪਾ ਦਿੰਦਾ ਲਾਚੀਆਂ ਜਲ ਚ ਓਲ ਜਾ ਦਿੰਦਾ ਉਹ ਗੱਦੀਆਂ ਚ ਓਲ ਜਾ ਦਿੰਦਾ ਡੇਰਿਆਂ ਚ ਓਲ ਜਾ ਦਿੰਦਾ ਪਤਾ ਨਹੀਂ ਕਿੰਨੇ ਮਸਲੇ ਉਹਨੇ ਖੜੇ ਕੀਤੇ ਆ ਬੜੇ ਮਸਲੇ ਖੜੇ ਕਰਕੇ ਰੱਖਦਾ ਆਓ ਪਛਾਣ ਪੈਦਾ ਕਰੀਏ ਅਰ ਸਤਿਗੁਰੂ ਜੀ ਦਾ ਉਹ ਵਾਕ ਜ਼ਰੂਰ ਚੇਤੇ ਕਰ ਲਈਏ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਆਓ ਪੂਰੇ ਸਤਿਗੁਰ ਦੇ ਲੜ ਲੱਗ ਕੇ ਆਪਾਂ ਆਪਣੇ ਆਪ ਨੂੰ ਜਿੱਤਣ ਦਾ ਯਤਨ ਕਰੀਏ ਭਰਮਾਂ ਭੁਲੇਖਿਆਂ ਨੂੰ ਕਢੀਏ ਘਰੇ ਬੈਠ ਕੇ ਭਾਵੇਂ ਇੱਕ ਸ਼ਬਦੀ ਰੋਜ਼ ਪੜ੍ਹ ਲਓ ਸਤਿਗੁਰੂ ਦੀ ਬਾਣੀ ਆਪ ਪੜਨ ਦਾ ਉਪਰਾਲਾ ਕਰਿਆ ਕਰੋ ਸਹਿਜ ਪਾਠ ਆਪ ਕਰੋ ਛੋਟੇ ਬੱਚਿਆਂ ਨੂੰ ਕੋਲ ਬਿਠਾਓ ਗੁਰੂ ਕੀਆਂ ਬਾਤਾਂ ਆਪਣੇ ਬੱਚਿਆਂ ਨੂੰ ਸੁਣਾਓ ਗੁਰੂ ਕੀਆਂ ਬਾਤਾਂ ਸੁਣਾਉਂਦਿਆਂ ਗੁਰਦੁਆਰੇ ਮੱਥਾ ਟੇਕਣਾ ਆਉਂਦੇ ਹੋ ਉਂਗਲ ਲਾ ਕੇ ਨਾਲ ਲੈ ਕੇ ਆਓ ਔਰ ਅਰਦਾਸ ਕਰੋ ਬਹੁਤ ਕੁਝ ਅਸੀਂ ਮੰਗੀ ਜਾਂਦੇ ਹਾਂ ਉਮਰ ਵੱਡੀ ਹੋਵੇ ਪੜ੍ਹਾਈ ਜ਼ਿਆਦੀ ਆਵੇ ਆ ਹੋ ਜਾਏ ਆ ਹੋ ਜਾਏ ਇੰਨਾ ਕਰਨ ਕੇ ਇੰਨਾ ਵੀ ਕਹਿ ਦਿਆ ਕਰੋ ਸਤਿਗੁਰੂ ਫਤਿਹ ਸਿੰਘ ਤਾਂ ਨਹੀਂ ਬਣਾ ਸਕੇ ਪਰ ਫਤੇ ਸਿੰਘ ਦੇ ਨੇੜੇ ਖਲੋਣ ਜੋਗਾ ਫਤੇ ਸਿੰਘ ਤਾਂ ਨਹੀਂ ਪਰ ਫਤੇ ਸਿੰਘ ਦੇ ਨੇੜੇ ਖਲੋਣ ਜੋਗਾ ਇੰਨਾ ਕੁ ਅਸੀਂ ਬਣਾ ਕੇ ਲੈ ਆਏ ਆਂ ਬਣਾਉਣ ਦੀ ਸਮਰੱਥਾ ਬਖਸ਼ੀ ਕਰਿਆ ਕਰੀਏ ਕੁਛ ਨਾ ਕੁਛ ਆਸ ਕਰਦਾ ਮਨਮਤ ਨੂੰ ਛੱਡ ਕੇ ਗੁਰਮਤ ਨੂੰ ਆਪਾਂ ਪੱਲੇ ਬੰਨਈਏ ਪਰਮਾਪੁਲੇਖਿਆ ਚੋਂ ਨਿਕਲੀਏ ਸਤਿਗੁਰੂ ਦੀ ਬਾਣੀ ਨੂੰ ਆਪ ਪੜਨ ਦਾ ਯਤਨ ਕਰੀਏ ਗੰਗੂ ਦਾ ਖਹਿੜਾ ਛੱਡੀਏ ਸੁਚਾਨੰਦ ਨੇ ਚਲਾਕੀਆਂ ਕਰਨੀਆਂ ਹੀ ਕਰਨੀਆਂ ਕਰਦਾ ਆਇਆ ਉਹਨੇ ਕਰਨੀਆਂ ਹੀ ਕਰਨੀਆਂ ਉਹਨੇ ਸਾਡੇ ਵਿਰੋਧ ਚ ਭੁਗਤ ਨਹੀਂ ਭੁਗਤਣਾ ਆਸ ਕਰਦਾ ਸਤਿਗੁਰੂ ਦੇ ਲੜ ਲੱਗ ਕੇ ਸਤਿਗੁਰੂ ਦੇ ਸੈਭ ਜਾਦੇ ਹੋਣ ਵਾਲਾ ਮਾਣ ਫਖਰ ਆਪਣੇ ਅੰਦਰ ਪੈਦਾ ਕਰਕੇ ਅਸੀਂ ਇਸ ਸੰਸਾਰ ਦੇ ਅੰਦਰ ਇਸ ਜ਼ਿੰਦਗੀ ਨੂੰ ਸਫਲੀਆਂ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਦੀ ਚਰਨ ਧੂੜ ਲੈ ਕੇ ਸਤਿਗੁਰੂ ਦਾ ਪਿਆਰ ਲੈ ਕੇ ਸਤਿਗੁਰੂ ਦੀ ਸਿੱਖਿਆ ਨੂੰ ਪਹਿਲ ਦੇ ਕੇ ਅਸੀਂ ਬਾਕੀ ਗੱਲਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਾਂਗੇ ਆਸ ਕਰਦਾ ਆਪ ਜੀ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਤੁਹਾਡਾ ਸਾਰਿਆਂ ਦਾ ਤੇ ਅੱਦਲੋਂ ਧੰਨਵਾਦ ਕਰਦਾ ਹਾਂ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਭਾਵੇਂ ਕਿ ਕੱਲ ਮੈਂ ਕਾਫੀ ਜ਼ਿਆਦਾ ਹੀ ਲੇਟ ਹੋਇਆ ਪਰ ਫਿਰ ਵੀ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਗੁੱਸਾ ਜਾਂ ਇਤਰਾਜ਼ ਨਾ ਜਤਾ ਕੇ ਪਿਆਰ ਨਾਲ ਜਿੰਨਾ ਕੁ ਵੀ ਸਮਾਂ ਬਾਕੀ ਬਚਿਆ ਸੀ ਉਹ ਦੇ ਕੇ ਨਿਵਾਜਣ ਦਾ ਯਤਨ ਕੀਤਾ ਅੱਜ ਵੀ ਬੜੇ ਪਿਆਰ ਨਾਲ ਇਕਾਗਰਤਾ ਨਾਲ ਬੈਠ ਕੇ ਅਸੀਂ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕੋ ਹੋ ਸਕਿਆ ਮੈਂ ਆਪਣੇ ਵੱਲੋਂ ਸੇਵਾ ਕਰਨ ਦਾ ਯਤਨ ਕੀਤਾ ਹੈ ਆਸ ਕਰਦਾ ਇੰਨੀਆਂ ਕ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਅੱਗੋਂ ਤੋਂ ਪੜੋਗੇ ਤੇ ਆਪਣੇ ਘਰਾਂ 'ਚ ਆਪਣੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਇਸ ਰੰਗ ਵਿੱਚ ਰੰਗਣ ਦਾ ਯਤਨ ਕਰੋਗੇ ਤੁਹਾਡਾ ਸਾਰਿਆਂ ਦਾ ਪ੍ਰਬੰਧਕ ਵੀਰਾਂ ਦਾ ਭਾਈ ਸਾਹਿਬ ਜੀ ਦਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਬਾਰ ਸਟਾਲ ਲੱਗਾ ਹੋਇਆ ਹੈ ਲੋੜ ਮੁਤਾਬਕ ਜੋ ਤੁਹਾਨੂੰ ਚੰਗਾ ਲੱਗੇ ਉਥੋਂ ਕੋਈ ਵੀ ਕਿਤਾਬ ਗੁਰਮਤਿ ਦੀ ਸਟਿਕ ਗੁਰਬਾਣੀ ਦੀ ਕੁਛ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਖਰੀਦ ਕੇ ਆਪਣੇ ਘਰਾਂ ਨੂੰ ਲਿਜਾ ਸਕਦੇ ਹੋ ਪੜ ਸਕਦੇ ਹੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ